ਸੋਹੀ ਮਹਲਾ ਚੌਥਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮੋ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦੜ੍ਹਾਇਆ ਸਤਗੁਰ ਗੁਰ ਪੂਰਾ ਆਰਾਦੋ ਸਭ ਕਿਲ ਵਿਖੋ ਪਾਪ ਗਵਾਇਆ ਸਹਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਪਿਆਰੀ ਸਾਧ ਸੰਗਤ ਜੀਓ ਆਪਾਂ ਬੜੇ ਪਿਆਰ ਨਾਲ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਜੋ ਸੁਹੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 773 ਦੇ ਉੱਪਰ ਸੁਭਾਈਮਾਨ ਹੈ ਅੱਜ ਆਪਾਂ ਲਾਵਾ ਬਾਣੀ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਲਾਮਾ ਬਾਣੀ ਦਾ ਇਹ ਜੋ ਸ਼ਬਦ ਹੈ ਜੋ ਸ਼ੰਤ ਹੈ ਇਸ ਦਾ ਪਹਿਲੇ ਬੰਦ ਦਾ ਪਾਠ ਆਪਾਂ ਬੜੇ ਪਿਆਰ ਨਾਲ ਸਰਵਣ ਕੀਤਾ ਕਿਉਂਕਿ ਇਹ ਸ਼ੰਤ ਨੇ ਇੱਕ ਇੱਕ ਸ਼ਬਦ ਚਾਰ ਚਾਰ ਬੰਦਾਂ ਦਾ ਹੈ ਤੇ ਜਦੋਂ ਆਪਾਂ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਦੇ ਹਾਂ ਤੇ ਇੱਕ ਬੰਦ ਦਾ ਪਾਠ ਗ੍ਰੰਥੀ ਸਿੰਘ ਪਾਠੀ ਸਿੰਘ ਕਰਦਾ ਹੈ ਜਦੋਂ ਲੜਕਾ ਅਤੇ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਦੇ ਨੇ ਤੋ ਸ਼ਬਦ ਇੱਕ ਹੀ ਹੈ ਚਾਰੇ ਲਾਵਾਂ ਦਾ ਪਾਠ ਇੱਕੋ ਸ਼ਬਦ ਹੈ ਪਰ ਚਾਰ ਬੰਦ ਨੇ ਇਸ ਸ਼ਬਦ ਦੇ ਜੋ 773 ਅੰਕ ਤੋਂ ਲਾਵਾਂ ਸ਼ੁਰੂ ਹੁੰਦੀਆਂ ਨੇ ਤੇ 774 ਅੰਕ ਤੇ ਜਾ ਕੇ ਲਾਵਾਂ ਦਾ ਪਾਠ ਸਮਾਪਤ ਹੁੰਦਾ ਹੈ ਆਪਾਂ ਇਸ ਬਾਣੀ ਦੀ ਵਿਚਾਰ ਤੋਂ ਪਹਿਲਾਂ ਤਿੰਨ ਸ਼ਬਦ ਜਿਨ੍ਹਾਂ ਦੇ ਸਿਰਲੇ ਕੁਚੱਜੀ ਸੁਚੱਜੀ ਤੇ ਗੁਣਵੰਤੀ ਆਏ ਨੇ ਉਹਨਾਂ ਦੀ ਵਿਚਾਰ ਆਪਾਂ ਬੜੇ ਪਿਆਰ ਨਾਲ ਸਾਂਝੀ ਕਰ ਚੁੱਕੇ ਆ ਤੇ ਕੱਲ ਤੱਕ ਇਹਦੇ ਨਾਲ ਨਾਲ ਆਪਾਂ ਲਾਵਾ ਬਾਣੀ ਦੇ ਸੰਬੰਧ ਵਿੱਚ ਜਾਂ ਆਨੰਦ ਕਾਰਜ ਦੇ ਸੰਬੰਧ ਵਿੱਚ ਜੋ ਵਿਚਾਰ ਜਿਹੜੇ ਨੇ ਆਪਾਂ ਰਲ ਮਿਲ ਕੇ ਸਾਂਝੇ ਕੀਤੇ ਜਿੰਜ ਵੀ ਕਹਿ ਲਈਏ ਵੀ ਲਾਵਾ ਬਾਣੀ ਦੀ ਭੂਮਿਕਾ ਆਪਾਂ ਕੱਲ ਤੱਕ ਸਰਵਣ ਕਰ ਚੁੱਕੇ ਆ ਕਿ ਆਨੰਦ ਕਾਰਜ ਕਿੱਦਾਂ ਹੋਣੇ ਚਾਹੀਦੇ ਨੇ ਤੇ ਆਨੰਦ ਕਾਰਜ ਦੇ ਨਾਲ ਬਹੁਤ ਜਿਆਦੀਆਂ ਕੁਰਿਤੀਆਂ ਜਿਹੜੀਆਂ ਮਨਮਤਾ ਨੇ ਸਾਡੇ ਪਰਿਵਾਰਾਂ ਵਿੱਚ ਕਿਸ ਤਰ੍ਹਾਂ ਆ ਚੁੱਕੀਆਂ ਨੇ ਕਰ ਅਸੀਂ ਮਨਮਤ ਰਹੇ ਹੁੰਨੇ ਆ ਤੇ ਨਿਭਾ ਇਸ ਤਰ੍ਹਾਂ ਰਹੇ ਹੁੰਨੇ ਆ ਜਿਵੇਂ ਗੁਰਮਤ ਹੋਵੇ ਕਿਉਂਕਿ ਪਤਾ ਨਹੀਂ ਹੈ ਸਾਨੂੰ ਬਹੁਤੀਆਂ ਤੂੰ ਹੌਲੀ ਹੌਲੀ ਰੀਤਾਂ ਸਾਡੇ ਅੰਦਰ ਘਰ ਕਰ ਗਈਆਂ। ਤੋਂ ਸਾਧ ਸੰਗਤ ਇਹ ਜਦੋਂ ਲਾਵਾ ਦਾ ਪਾਠ ਗੁਰਦੁਆਰਾ ਸਾਹਿਬ ਵਿੱਚ ਕੀਤਾ ਜਾਂਦਾ ਹੈ। ਜਦੋਂ ਲੜਕਾ ਅਤੇ ਲੜਕੀ ਦਾ ਅਸੀਂ ਆਨੰਦ ਕਾਰਜ ਕਰਦੇ ਆਂ। ਬਰਾਤ ਭਾਵੇਂ 1.5 150 2-200 ਬੰਦਿਆਂ ਦੀ ਜਾਵੇ 100-100 ਬੰਦਿਆਂ ਦੀ ਜਾਵੇ ਪਰ ਅਕਸਰ ਆਪਾਂ ਵੇਖਦੇ ਆਂ ਕਿ ਜਿੱਥੇ ਲਾਵਾ ਦਾ ਪਾਠ ਹੋਣਾ ਹੈ ਉੱਥੇ ਕੁਝ ਕੁ ਲੜਕੀ ਵਾਲੇ ਤੇ ਕੁਝ ਕੁ ਲੜਕੇ ਵਾਲੇ ਜਿਹੜੇ ਪ੍ਰਾਣੀ ਨੇ ਪਹੁੰਚਦੇ ਨੇ ਬਾਕੀ ਸਾਰੇ ਆਪਣੇ ਖਾਣ ਪੀਣ ਵਿੱਚ ਮਸਤ ਹੁੰਦੇ ਨੇ ਕਿਉਂਕਿ ਸਾਡੇ ਸਾਰਿਆਂ ਦੇ ਦਿਮਾਗ 'ਚ ਇੱਕ ਪਿਕਚਰ ਬਣੀ ਹੈ ਵੀ ਲਾਵਾ ਦਾ ਸਬੰਧ ਤੇ ਲੜਕੇ ਲੜਕੀ ਨਾਲ ਹੈ ਸਾਡੇ ਨਾਲ ਤੇ ਇਸ ਪਾਠ ਦਾ ਕੋਈ ਸਬੰਧ ਹੀ ਨਹੀਂ ਹੈ ਹੁਣ ਆਪਾਂ ਇਸ ਸ਼ਬਦ ਵਿੱਚ ਜਿਹੜੇ ਚਾਰੇ ਬੰਦ ਆਏ ਨੇ ਜਦੋਂ ਆਪਾਂ ਇਹਦੀ ਲੜੀਵਾਰ ਵਿਚਾਰ ਕਰਾਂਗੇ ਤੁਸੀਂ ਇਕੱਲੇ ਇਕੱਲੇ ਬੰਦ ਨੂੰ ਧਿਆਨ ਨਾਲ ਸੁਣਿਓ ਇਹ ਜਿਹੜੇ ਬੰਦ ਆਏ ਨੇ ਹਰ ਪ੍ਰਾਣੀ ਮਾਤਰ ਨਾਲ ਸਬੰਧ ਰੱਖਦੇ ਨੇ ਕੁਕੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਲਾਵਾਂ ਦਾ ਉਚਾਰਨ ਕੀਤਾ ਹੈ ਪਾਠ ਤਸਾ ਸੰਗਤ ਜੀ ਇਸ ਗੱਲ ਦਾ ਧਿਆਨ ਰੱਖਣਾ ਵੀ ਇੱਥੇ ਕੰਤ ਉਸ ਕਾਲਪੁਰਖ ਨੂੰ ਕਿਹਾ ਹੈ ਸੱਚ ਨੂੰ ਕਿਹਾ ਹੈ ਇਸ ਜੀਵ ਇਸਤਰੀਆਂ ਕਿਦਾਂ ਉਹਦੇ ਨਾਲ ਲਾਵਾਂ ਹੋਣੀਆਂ ਨੇ ਕਿਦਾਂ ਉਹਦੇ ਨਾਲ ਨੇੜਤਾ ਬਣਨੀ ਹੈ ਜਾਂ ਆਪਾਂ ਇੰਜ ਵੀ ਕਹਿ ਲਈਏ ਜੇ دنیਆਵੀ ਜੀਵ ਇਸਤਰੀ ਉਸ ਸੱਚ ਰੂਪੀ ਕੰਤ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਗਈ ਤੇ ਸੱਚ ਹੈ دنیਆਵੀ ਰਿਸ਼ਤਿਆਂ 'ਚ ਆਪਣੇ ਆਪ ਹੀ ਪ੍ਰਵਾਨ ਹੋ ਜਾਣਾ ਹੈ ਜੇ ਅਸੀਂ ਆਪਣੇ ਜੀਵਨ 'ਚ ਉਹ ਗੁਣ ਲੇ ਆਈਏ ਜਿਹੜੇ ਗੁਣ ਉਸ ਕੰਤ ਨੂੰ ਮਾਲਕ ਨੂੰ ਪਸੰਦ ਨੇ ਜੇ ਗੁਣ ਸਾਡੇ ਪਰਿਵਾਰਾਂ ਚ ਜੀਆਂ ਚ ਆ ਜਾਣ ਪਤੀ ਪਤਨੀ ਚ ਆ ਜਾਣ ਤੇ ਪਰਿਵਾਰ ਬਹੁਤ ਸੋਖੇ ਵੱਸ ਸਕਦੇ ਨੇ ਫਿਰ ਆਪਾਂ ਇੰਜ ਵੀ ਸਮਝ ਸਕਦੇ ਆ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੁਚੱਜੀ ਸਚੱਜੀ ਤੇ ਗੁਣਵੰਤੀ ਅਸੀਂ ਆਪਣੀ ਜ਼ਿੰਦਗੀ ਚੋਂ ਕੁਚੱਜ ਕੱਢ ਕੇ ਸਚੱਜ ਲਿਆ ਕੇ ਗੁਣ ਧਾਰਨ ਕਰਕੇ ਜਦੋਂ ਸਾਡੇ ਪੁੱਤਰਾਂ ਧੀਾਂ ਦੇ ਆਨੰਦ ਕਾਰਜ ਹੋਣਗੇ ਫਿਰ ਆਨੰਦਕਾਰੀ ਤੇ ਹੋਣਗੇ ਡਵੋਰਸ ਨਹੀਂ ਹੋਣਗੇ ਤਲਾਕ ਨਹੀਂ ਹੋਣਗੇ ਕਿਉਂਕਿ ਤਲਾਕ ਦੀ ਆਪਸ਼ਨ ਹੀ ਕੋਈ ਨਹੀਂ ਹੁੰਦੀ ਜਦੋਂ ਗੁਣ ਜੀਵਨ ਚ ਆ ਜਾਂਦਾ ਅੱਜ ਸਮੱਸਿਆ ਕਿੱਥੇ ਆ ਰਹੀ ਆ ਵੀ ਅਸੀਂ ਜੀਵਨ ਚ ਕੁਚ ਅੱਜ ਹੁੰਦਾ ਤੇ ਅਸੀਂ ਪੁੱਤਰਾਂ ਧੀਆਂ ਦੇ ਨਾਮ ਦੇ ਕਾਰਜ ਕਰ ਦਿੰਨੇ ਆ ਕਿਉਂਕਿ ਸਹਸਬਾਈ ਜਦੋਂ ਧੀ ਆਖੇ ਨਹੀਂ ਲੱਗਦੀ ਤੇ ਆਮ ਹੀ ਅਸੀਂ ਕਹਿੰਦੇ ਇਹਨੂੰ ਵਿਆਹੋ ਭਾਈ ਸਹੁਰੇ ਘਰ ਤੋਰੋ ਇਹਨੂੰ ਹੁਣ ਉੱਥੇ ਸੋਚੋ ਵੀ ਜੇ ਬੱਚੀ ਤੁਹਾਡੀ ਮਾਂ ਦੀ ਗੱਲ ਨਹੀਂ ਸੁਣ ਰਹੀ ਧਿਆਨ ਨਾਲ ਪਿਤਾ ਦੀ ਗੱਲ ਧਿਆਨ ਨਾਲ ਨਹੀਂ ਸੁਣ ਰਹੀ ਤੇ ਸਹੁਰੇ ਘਰ ਵਸਣਾ ਉਹਦੇ ਵਾਸਤੇ ਕਿੰਨਾ ਮੁਸ਼ਕਲ ਹੋਏਗਾ ਜਿੰਨਾ ਪਾਲ ਕੇ ਜਵਾਨ ਕੀਤੀ ਹੈ ਜੇ ਭਰਾਵਾਂ ਦੀ ਗੱਲ ਨਹੀਂ ਉਹ ਜਰਦੀ ਜੇ ਉਹ ਭੈਣਾਂ ਦੀ ਗੱਲ ਨਹੀਂ ਜਰਦੀ ਪੇਕੇ ਘਰ ਉਹ ਮਾੜੀ ਮਾੜੀ ਗੱਲ ਤੇ ਗੁੱਸਾ ਕਰਦੀ ਹੈ ਤੇ ਇਹ ਸੁਭਾਜ ਨੂੰ ਲੈ ਕੇ ਸਹੁਰੇ ਪਰਿਵਾਰ ਜਾਏਗੀ ਉੱਥੇ ਵਸਣਾ ਉਹਦੇ ਲਈ ਕਿੰਨਾ ਔਖਾ ਹੋਏਗਾ ਇਦਾਂ ਹੀ ਲੜਕੇ ਵਾਸਤੇ ਹੈ ਵੀ ਜੇ ਲੜਕਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਹਦਾ ਪਿਆਰ ਨਾਲ ਵਿਹਾਰ ਨਹੀਂ ਤੇ ਕੱਲ ਨੂੰ ਜੇ ਤੁਸੀਂ ਉਹਦਾ ਆਨੰਦ ਕਾਰਜ ਕਰ ਵੀ ਦਿੱਤਾ ਕੀ ਗਾਰੰਟੀ ਹੈ ਕਿ ਉਹ ਉਸ ਇਹ ਗ੍ਰਸਤ ਜੀਵਨ ਨੂੰ ਸਫਲ ਬਣਾਉਣ ਵਿੱਚ ਕਾਮਯਾਬ ਹੋ ਸਕੇਗਾ ਕਿਉਂਕਿ ਕਿਤੇ ਨਾ ਕਿਤੇ ਕੁਚੱਜ ਪੁਣਾ ਜੇ ਅਸੀਂ ਬਹੁਤਾਂ ਗਿਣਤੀ ਵੇਖਦੇ ਹਾਂ ਕਿ ਭਾਵੇਂ ਉਹ ਲੜਕੀ ਪਰਿਵਾਰ ਵੱਲ ਵੇਖੀਏ ਭਾਵੇਂ ਲੜਕੇ ਪਰਿਵਾਰ ਵੱਲ ਵੇਖੀਏ ਕਿਤੇ ਨਾ ਕਿਤੇ ਕੁਚੱਜ ਪੁਣਾ ਜੀਵਨ 'ਚ ਹੁੰਦਾ ਹੈ ਤੇ ਅਸੀਂ ਉਦਾਂ ਹੀ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰ ਦਿੰਨੇ ਆ ਤਾਂ ਭਾਵੇਂ ਗੱਲ ਇੱਥੇ ਉਸ ਪਰਮੇਸ਼ਰ ਨਾਲ ਸਾਂਝ ਪਾਉਣ ਦੀ ਵੀ ਜ਼ਿੰਦਗੀ 'ਚ ਕੁਚੱਜ ਬਾਹਰ ਕੱਢ ਸੁਚੱਜ ਲੈ ਕੇ ਆ ਗੁਣ ਜੀਵਨ 'ਚ ਧਾਰਨ ਕਰ ਫਿਰ ਭਾਈ ਤੇਰੀ ਉਸ ਪਰਮੇਸ਼ਰ ਦੇ ਨਾਲ ਲਾਵਾਂ ਹੋਣਗੀਆਂ ਪਰ ਕੰਡੀਸ਼ਨ ਹੋਏਗੀ ਕਿ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਵਿਰਤੀ ਕਰਮ ਦ੍ਰਿੜ ਕਰਨਾ ਪਵੇਗਾ ਭਾਵ ਆਪਣੀ ਜ਼ਿੰਦਗੀ ਵਿੱਚ ਸ਼ੁਭ ਗੁਣ ਸੱਚ ਦੀ ਵਿਚਾਰ ਵਾਲੇ ਲੈ ਕੇ ਆਉਣੇ ਪੈਣਗੇ ਤੋਂ ਖੈਰ ਇਹ ਹੁਣ ਲਾਵਾਂ ਦਾ ਪਾਠ ਅੱਜ ਆਪਾਂ ਆਰੰਭ ਕੀਤਾ ਸੁਹੀ ਮਹਲਾ 4 ਸੁਹੀ ਰਾਗ ਦਾ ਨਾਮ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਪਤਸ਼ਾਹ ਜੀ ਕਹਿੰਦੇ ਨੇ ਹਾਰ ਇੱਥੇ ਰੁਕਣਾ ਹੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇ ਬਲਰਾਮ ਜੀਓ ਹੁਣ ਇਹ ਜਦੋਂ ਪਹਿਲੀ ਲਾਮ ਸ਼ਬਦ ਕਿਉਂਕਿ ਜਦੋਂ ਅਸੀਂ ਲਾਵਾਂ ਆਪਣੇ ਪੁੱਤਰਾਂ ਧੀਆਂ ਦੇ ਜਦੋਂ ਆਨੰਦ ਕਾਰਜ ਕਰਦੇ ਆ ਸਾਡੇ ਦਿਮਾਗ 'ਚ ਇੱਕਦਮ ਪਿਕਚਰ ਜਾਂਦੀ ਹੈ ਵੀ ਇਹ ਸਿਰਫ ਲੜਕੇ ਲੜਕੀ ਨਾਲ ਸਬੰਧ ਰੱਖਦੀ ਹੈ ਪਰ ਇੱਥੇ ਗੱਲ ਤੁਸੀਂ ਧਿਆਨ ਨਾਲ ਸੁਣਿਓ ਮਹਾਰਾਜ ਕਹਿੰਦੇ ਹਾਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਪ੍ਰਵਿਰਤੀ ਕਰਮ ਕੀ ਹੁੰਦਾ ਹੈ ਜਦੋਂ ਅਸੀਂ ਪ੍ਰਵਿਰਤੀ ਕਰਮ ਦੀ ਗੱਲ ਕਰਦੇ ਆ ਵੈਸੇ ਜਦੋਂ ਪਹਿਲਾਂ ਲਾਂ ਦੇ ਅਰਥ ਸਮਝ ਲਓ ਲਾੰ ਦਾ ਅਰਥ ਭਾਈ ਕਾਂਸ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਕੀਤੇ ਨੇ ਕਿ ਤੋੜਨ ਦੀ ਕਿਰਿਆ ਲਾਂ ਦਾ ਅਰਥ ਹੈ ਤੋੜਨ ਦੀ ਕਿਰਿਆ ਕਿਹੜੀ ਕਿਰਿਆ ਤੋੜਨ ਦੀ ਕਿਰਿਆ ਜਦੋਂ ਲੜਕੀ ਪੇਕੇ ਘਰ ਚ ਹੁੰਦੀ ਹੈ ਉਹਦਾ ਸਾਰਾ ਧਿਆਨ ਇੱਕੇ ਪਾਸੇ ਹੁੰਦਾ ਕਿਉਂਕਿ ਉਹ ਜੇ ਵਿਆਹੀ ਨਹੀਂ ਉਹਦਾ ਸਾਰਾ ਧਿਆਨ ਆਪਣੇ ਉਹਨੇ ਘਰ ਨੂੰ ਸਵਾਰਨਾ ਉਹਨੇ ਸੰਭਣਾ ਉਹਦਾ ਸਾਰਾ ਧਿਆਨ ਉੱਥੇ ਹੈ ਪਰਜਦਨ ਉਹਦੀਆਂ ਲਾਵਾਂ ਹੁੰਦੀਆਂ ਨੇ ਉਸ ਦਿਨ ਹੁਣ ਉਹ ਜਿਹੜੀ ਅਟੈਚਮੈਂਟ ਪੇਕੇ ਪਰਿਵਾਰ ਨਾਲ ਹੁਣ ਐਸਾ ਨਹੀਂ ਬੀਤੀਆਂ ਦੀ ਵਿਆਹ ਤੋਂ ਬਾਅਦ ਆਨੰਦ ਕਾਰਜ ਤੋਂ ਬਾਅਦ ਪੇਕੇ ਪਰਿਵਾਰ ਨਾਲ ਅਟੈਚਮੈਂਟ ਨਹੀਂ ਹੁੰਦੀ ਪਰ ਜਿਹੜੀ ਅਟੈਚਮੈਂਟ ਉਹਦੀ ਪਹਿਲਾਂ ਹੈ ਅੱਜ ਹੁਣ ਉਹ ਸਮਾਂ ਆ ਗਿਆ ਵੀ ਲਾਵਾ ਲੈਣੀਆਂ ਨੇ ਹੁਣ ਉਹਨੇ ਸਹੁਰੇ ਪਰਿਵਾਰ ਜਾਣਾ ਹੈ ਪਤੀ ਦੇ ਘਰ ਜਾਣਾ ਹੈ ਅੱਗੇ ਪਰਿਵਾਰ ਹੈ ਹੁਣ ਉਹਨੇ ਉਧਰ ਚਲ ਜਾਣਾ ਹੈ ਹੁਣ ਜਿੰਨਾ ਪੇਕੇ ਘਰ ਚ ਰਹਿ ਕੇ ਮਾਂ ਨੂੰ ਪੁੱਛਦੀ ਹੈ ਵੀ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਪਿਤਾ ਨੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਮੇਰੇ ਭੈਣ ਭਰਾਵਾਂ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਹੁਣ ਜਦੋਂ ਸਹੁਰੇ ਘਰ ਚਲੀ ਜਾਵੇ ਰੋਜ਼ ਪੁੱਛਦੀ ਹੈ ਆਪਣੇ ਪੇਕੇ ਫੋਨ ਕਰਕੇ ਮਾਂ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਪਿਤਾ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਮੇਰੇ ਭਰਾ ਦੇ ਬੱਚਿਆਂ ਦਾ ਕੀ ਹਾਲ ਹੈ ਪੁੱਛਦੀ ਹੋਏਗੀ ਹੋ ਸਕਦਾ 5 ਦਿਨ ਹਫਤਾ ਮਹੀਨਾ ਕਈਆਂ ਨੂੰ ਤੇ 6-6 ਮਹੀਨੇ ਵੀ ਸਾਲ-ਸਾਲ ਵੀ ਲੰਘ ਜਾਂਦੇ ਨੇ ਕਈਆਂ ਦੀ ਮਾਫ ਕਰਨਾ ਕਈਆਂ ਦੀ ਬਣਦੀ ਨਹੀਂ ਜੋ ਪੇਕਿਆਂ ਤੋਂ ਇੱਕ ਵਾਰੀ ਚਲੀ ਗਈਆਂ ਮੁੜ ਕੇ ਦੁਬਾਰਾ ਪੇਕੇ ਨਾਲ ਕੋਈ ਸਾਝ ਨਹੀਂ ਰੱਖੀ ਤੋ ਇਥੇ ਲਾਹ ਦਾ ਅਰਥ ਹੈ ਤੋੜਨ ਦੀ ਕਿਰਿਆ ਕਿਹੜੀ ਕਿਰਿਆ ਉਹ ਕਿਰਿਆ ਜਦੋਂ ਲੜਕੀ ਦਾ ਆਨੰਦ ਕਾਰਜ ਹੁੰਦਾ ਹੈ ਤੇ ਲੜਕੀ ਜਦੋਂ ਪ੍ਰਕਰਮਾ ਕਰਦੀ ਹੈ ਉਸ ਸਮੇਂ ਜਦੋਂ ਉਹ ਆਪਣੇ ਪਿਤਾ ਦੇ ਘਰ ਨਾਲੋਂ ਪੇਕੇ ਘਰ ਨਾਲੋਂ ਉਹਦਾ ਨਾਤਾ ਜਿਹੜਾ ਟੁੱਟ ਕੇ ਤੇ ਸਹੁਰੇ ਘਰ ਨਾਲ ਜੁੜਦਾ ਹੁਣ ਉਹ ਹੁਣ ਉਹ ਸਹੁਰੇ ਘਰ ਹੁਣ ਪਹਿਲਾਂ ਸਿਰਫ ਪੇਕਾ ਘਰ ਸੀ ਹੁਣ ਵਿਆਹੀ ਗਈ ਸਹੁਰੇ ਘਰ ਵਾਲੇ ਬੰਨੇ ਉਹਦਾ ਧਿਆਨ ਹੈ ਹਾਂ ਤੁਸੀਂ ਕਦੀ ਨੋਟ ਕਰਿਓ ਹੁਣ ਸਹੁਰੇ ਘਰ ਨਾਲ ਇੰਨੀ ਅਟੈਚਮੈਂਟ ਹੈਗੀ ਹੈ ਕਿ ਜਦੋਂ ਉਹ ਇੱਕ ਇੱਕ ਤੇ ਇੱਕ ਅੱਧੀ ਰਾਤ ਆਉਂਦੀ ਵੀ ਹੈ ਨਾ ਸਾਰਾ ਧਿਆਨ ਉਹਦਾ ਸਹੁਰੇ ਘਰ ਚ ਹੁੰਦਾ ਹੈ ਕਿ ਅੱਜ ਮੇਰੇ ਬੱਚਿਆਂ ਰੋਟੀ ਖਾਧੀ ਹੋਈ ਕਿ ਨਹੀਂ ਖਾਧੀ ਹੋਏਗੀ ਮੇਰੀ ਦਰਾਨੀ ਨੇ ਮੇਰੀ ਠਾਣੀ ਨੇ ਮੇਰੇ ਬੱਚਿਆਂ ਨੂੰ ਬ੍ਰੇਕਫਾਸਟ ਬਣਾ ਕੇ ਦਿੱਤਾ ਹੋਏਗਾ ਕਿ ਨਹੀਂ ਦਿੱਤਾ ਹੋਏਗਾ ਉਹਨਾਂ ਦੀ ਵਰਦੀ ਪ੍ਰੈਸ ਕੀਤੀ ਹੋਏਗੀ ਕਿ ਨਹੀਂ ਕੀਤੀ ਹੋਏਗੀ ਇੱਕ ਰਾਤ ਪੇਕੇ ਘਰ ਆਈ ਪਰ ਧਿਆਨ ਸਹੁਰੇ ਪਰਿਵਾਰ ਸੀ ਪਰ ਸਹੁਰੇ ਪਰਿਵਾਰ ਚ ਇੰਨੇ ਸਾਲ ਰਹੀ ਇਦਾਂ ਥੋੜਾ ਰੋਜ਼ ਸੌਣ ਲੱਗੇ ਆ ਇਹ ਖਿਆਲ ਰੱਖਦੀ ਹੋਏਗੀ ਕਿ ਮੇਰੇ ਭਤੀਜਿਆਂ ਨੂੰ ਰੋਟੀ ਮਿਲੀ ਹੋਏਗੀ ਕਿ ਨਹੀਂ ਮਿਲੀ ਹੋਏਗੀ ਮੇਰੀ ਮਾਂ ਦੀ ਸੇਵਾ ਮੇਰੀ ਪਰਜਾਈ ਨੇ ਕੀਤੀ ਹੋਏਗੀ ਕਿ ਨਹੀਂ ਕੀਤੀ ਹੋਏਗੀ ਉਹ ਤੇ ਫੋਨ ਕਰਕੇ ਪੁੱਛੇਗੀ ਨਾ ਪਰ ਜੇ ਤੁਸੀਂ ਕਹੋ ਰੋਜ਼ ਧਿਆਨ ਹੋਏਗਾ ਐਸਾ ਨਹੀਂ ਹੋਏਗਾ ਕਿਉਂਕਿ ਹੁਣ ਉਹ ਲਾਵਾ ਲੈ ਚੁੱਕੀ ਐ ਤੇ ਆਪਣੇ ਸਹੁਰੇ ਘਰ ਵਿੱਚ ਜਾ ਚੁੱਕੀ ਐ ਤੋਂ ਇੱਥੇ ਹੁਣ ਇਹ ਅਰਥ ਨੇ ਕਿ ਲਾ ਦਾ ਅਰਥ ਹੈ ਜਦੋਂ ਜੀਵ ਨੇ ਇਸ ਪੇਕਾ ਕਰਕੇ ਇਹ ਸੰਸਾਰ ਜਦੋਂ ਸੰਸਾਰ ਵਿੱਚ ਕੰਮਕਾਰ ਕਰਦਿਆਂ ਜਦੋਂ ਇਹਨੇ ਸੱਚ ਨਾਲ ਜੁੜਨਾ ਹੈ ਸੱਚ ਦੀਆਂ ਪ੍ਰਕਰਮਾਂ ਕਰਨੀਆਂ ਨੇ ਸੱਚ ਨਾਲ ਸੰਬੰਧ ਜੋੜਨਾ ਹੈ ਉਸ ਸਮੇਂ ਨੂੰ ਉਸ ਕਿਰਿਆ ਨੂੰ ਅਸੀਂ ਲਾਮ ਕਹਿੰਦੇ ਆ ਕਿ ਹੁਣ ਇਹਨੇ ਭਾਈ ਇਧਰੋਂ ਨਾਤਾ ਤੋੜ ਲਿਆ ਤੇ ਉਧਰ ਜੋੜ ਲਿਆ ਹੁਣ ਸਹੁਰੇ ਘਰ ਨਾਲ ਇੰਨੀ ਸੁਰਤ ਜੋੜੀ ਆ ਕਿ ਹੁਣ ਭਾਈ ਉਹ ਐਸਾ ਨਹੀਂ ਵੀ ਪੇਕੇ ਘਰ ਉਹ ਲੜਕੀ ਆਉਂਦੀ ਨਹੀਂ ਹੈ ਇਦਾਂ ਹੀ ਜਿਹੜਾ ਸੰਸਾਰੀ ਪੱਖ ਹੈ ਸੰਸਾਰੀ ਕਾਰਵਿਆਰ ਹੈ ਇਹ ਜੀਵ ਵਾਸਤੇ ਪੇਕਾ ਘਰ ਹੈ ਤੇ ਗੁਰੂ ਆਲਾ ਪਾਸਾ ਬਾਣੀ ਦੇ ਵਿੱਚ ਇਹ ਸਹੁਰਾ ਘਰ ਆਖਿਆ ਤਾਂ ਬਾਣੀ ਚ ਆਖਿਆ ਸੀ ਸਹੁਰੇੜੇ ਵਤ ਸਭ ਕੇ ਸਾਂਝੀ ਪੇਵ ਕੜਾ ਧੰਨ ਵਖੇ ਆਪਕ ਜੱਜੀ ਦੋਸ਼ ਨਾ ਦਊ ਜਾਣਾ ਨਹੀਂ ਰੱਖੇ ਤੋ ਜਦੋਂ ਵੀ ਗੁਰੂ ਵਾਲਾ ਪਾਸਾ ਬਾਣੀ ਚ ਪੇਸ਼ ਕੀਤਾ ਗਿਆ ਉਹਨੂੰ ਸੋਹਰਾ ਘਰ ਸਹਰਿਆਂ ਵਾਲਾ ਪਾਸਾ ਜਿਹੜਾ ਵਾ ਉਹ ਗੁਰੂ ਸਾਹਿਬ ਜੀ ਨੇ ਇੰਜ ਪੇਸ਼ ਕੀਤਾ ਤੋ ਖੈਰ ਤੋ ਆਪਾਂ ਗੱਲ ਕਰ ਰਹੇ ਸੀ ਪ੍ਰਵਿਰਤੀ ਕਰਮ ਪ੍ਰਵਿਰਤੀ ਕਰਮ ਦਾ ਅਰਥ ਹੈ ਪਰਮੇਸ਼ਰ ਦੇ ਨਾਮ ਜਪਣ ਵਾਲਾ ਕੰਮ ਸੱਚ ਨੂੰ ਧਾਰਨ ਕਰਨ ਵਾਲਾ ਕਰਮ ਭਾਵ ਪ੍ਰਵਿਰਤੀ ਕਰਮ ਪ੍ਰਵਿਰਤੀ ਕਰਮ ਕਿਹੜਾ ਕਿ ਮੈਂ ਹੁਣ ਜਿਵੇਂ ਲੜਕੀ ਪੇਕੇ ਘਰੋਂ ਸਹਰੇ ਘਰ ਚ ਲਈ ਹੁਣ ਜ਼ਿੰਮੇਵਾਰੀਆਂ ਵਧ ਗਈਆਂ ਜਦੋਂ ਇਹ ਜੀਵ ਸੰਸਾਰ ਦੇ ਕਾਰ ਵਿਹਾਰ ਕਰਦੇ ਆ ਇਹਨੇ ਹੁਣ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਿਆ ਕਿ ਮੈਂ ਸੱਚ ਨੂੰ ਗ੍ਰਹਿਣ ਕਰਨਾ ਵਾ ਹੁਣ ਸੱਚ ਨਾਲ ਸਾਂਝ ਪਾਉਣੀ ਆ ਸੱਚ ਨਾਲ ਮੇਰੀ ਅਟੈਚਮੈਂਟ ਹੋਵੇ ਮੈਂ ਪਰਮੇਸ਼ਰ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾ ਪ੍ਰਵਿਰਤੀ ਕਰਮ ਪ੍ਰਵਰਤ ਹੋ ਜਾਣਾ ਭਾਵ ਸੱਚੇ ਨਾਮ ਦੇ ਵਿੱਚ ਆਪਣੇ ਆਪ ਨੂੰ ਅਪੇਧ ਕਰ ਲੈਣਾ ਰੱਬੀ ਗੁਣਾ ਵਿੱਚ ਆਪਣੇ ਆਪ ਨੂੰ ਇਕਮੇ ਕਰ ਲੈਣਾ ਇਹ ਦ੍ਰਿੜ ਕਿਹਨੇ ਕਰਾਇਆ ਸਤਗੁਰ ਨੇ ਸਤਗੁਰ ਨੇ ਪ੍ਰਵਿਰਤੀ ਕਰਮ ਦ੍ਰਿੜ ਕਰਾ ਦਿੱਤਾ ਹੈ ਕਹਿੰਦੇ ਇਹ ਜੀਵ ਇਸਤਰੀ ਦੀ ਉਸ ਪਰਮੇਸ਼ਰ ਦੇ ਨਾਲ ਪਹਿਲੀ ਲਾਹ ਹੁਣ ਪ੍ਰਵਿਰਤੀ ਕਰਮ ਦ੍ਰਿੜ ਕਰਨਾ ਹੀ ਇਸ ਜੀਵ ਇਸਤਰੀ ਦੀ ਉਸ ਸੱਚੇ ਵੈਗਰੂ ਦੇ ਨਾਲ ਅਕਾਲ ਪੁਰਖ ਨਾਲ ਪਹਿਲੀ ਲਾਹ ਹੁਣ ਸੁਣਿਓ ਵੀ ਇਹ ਹੁਣ ਪ੍ਰਵਿਰਤੀ ਕਰਮ ਕੱਲੇ ਲੜਕੇ ਲੜਕੀ ਨੇ ਓੜਾ ਦ੍ਰਿੜ ਕਰਨਾ ਇਹ ਤੇ ਮਾਂ ਵਾਸਤੇ ਵੀ ਓਨਾ ਜ਼ਰੂਰੀ ਹੈ ਸਹੁਰੇ ਵਾਸਤੇ ਵੀ ਓਨਾ ਜ਼ਰੂਰੀ ਹੈ ਉਤੇ ਜਿਹੜਾ ਵਿਚੋਲਾ ਆ ਉਹਦੇ ਵਾਸਤੇ ਵੀ ਜ਼ਰੂਰੀ ਹੈ ਤੋ ਸਮਝ ਆ ਗਈ ਨਾ ਵੀ ਲਾਵਾਂ ਦਾ ਸਬੰਧ ਕੱਲੇ ਲੜਕੇ ਲੜਕੀ ਨਾਲ ਨਹੀਂ ਹੈ ਭਾਵੇਂ ਉਥੇ ਲੜਕੇ ਲੜਕੀ ਦੇ ਸਬੰਧ ਵਿੱਚ ਹੀ ਅਸੀਂ ਸਾਰੇ ਇਕੱਠੇ ਹੋਏ ਆਂ ਪਰ ਇੱਥੇ ਪ੍ਰਵ੍ਰਿਤੀ ਕਰਮ ਦਾ ਅਰਥ ਕੀ ਹੈ ਕਿ ਤੂੰ ਆਪਣਾ دنیਆਵੀ ਕੰਮਕਾਰ ਕਰਦਿਆਂ ਹੋਇਆ ਤੂੰ ਗੁਰੂ ਦੀ ਸਿੱਖਿਆ ਦੁਆਰਾ ਪ੍ਰਵ੍ਰਿਤੀ ਕਰਮ ਦ੍ਰਿੜ ਕਰਨਾ ਹੈ ਪਰਮੇਸ਼ਰ ਦੇ ਨਾਮ ਜਪਣ ਵਾਲਾ ਸੱਚੀ ਵਿਚਾਰ ਵਾਲਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਰਮ ਲੈ ਕੇ ਆਉਣਾ ਹੈ ਇਹ ਜੀਵ ਇਸਤਰੀ ਦੀ ਪਹਿਲੀ ਲਾਮ ਹੈ ਉਸ ਅਕਾਲਪੁਰਖ ਦੇ ਨਾਲ ਪ੍ਰਵ੍ਰਿਤੀ ਕਰਮ ਨੂੰ ਦ੍ਰਿੜ ਕਰਨਾ ਕਹਿਣ ਲੱਗੇ ਬਲਰਾਮ ਜੀ ਉਹ ਹੈ ਰਾਮ ਜੀ ਰਮੇ ਹੋਏ ਪ੍ਰਮਾਤਮਾ ਜੀ ਬਲਦਾਰਸ ਹੈ ਮੈਂ ਬਲਿਹਾਰ ਜਾਂਦਾ ਹਾਂ ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਵਿੱਚ ਏਡੀ ਵੱਡੀ ਤਬਦੀਲੀ ਲੈ ਕੇ ਆਂਦੀ ਇਹ ਹੁਣ ਪਹਿਲੀ ਲਾਹ ਜੀਵ ਇਸਤਰੀ ਦੀ ਪਹਿਲੀ ਲਾਹ ਉਸ ਅਕਾਲ ਪੁਰਖ ਨਾਲ ਕਿਹੜੀ ਹੈ ਪ੍ਰਵਿਰਤੀ ਕਰਮ ਨੂੰ ਦਿੜ੍ਹ ਕਰਨਾ ਪੱਕਾ ਕਰਨਾ ਆਪਣੇ ਅੰਦਰ ਕਿ ਜੇ ਮੈਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਨੂੰ ਜਿਹਨੂੰ ਬਾਣੀ ਚ ਆਖਿਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਲੈ ਕੇ ਆ ਗਿਆਨ ਜਪੋ ਜਾਂ ਗਿਆਨ ਨੂੰ ਦ੍ਰਿੜ ਕਰੋ ਜਾਂ ਨਾਮ ਜਪੋ ਇਦਾਂ ਦੇ ਸ਼ਬਦ ਜਪੋ ਤਾਂ ਏਕੋ ਨਾਮਾ ਅਵਰਨ ਰਾਫਲ ਕਾਮਾ ਜਪੋ ਤਾਂ ਏਕੋ ਨਾਮਾ ਹੁਣ ਉਥੇ ਏਕੋ ਨਾਮਾ ਕਹਿਤਾ ਇਥੇ ਪ੍ਰਵਿਰਤੀ ਕਰਮ ਕਹਿਤਾ ਬਾਣੀ ਚ ਇਹ ਸ਼ਬਦ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸੱਚੇ ਸੱਚ ਦੇ ਚਾਕਰ ਬਣਨਾ ਹੀ ਪ੍ਰਵਿਰਤੀ ਕਰਮ ਨੂੰ ਦ੍ਰਿੜ ਕਰਨਾ ਹੈ ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ ਪੜਦੇ ਉਥੇ ਸ਼ਬਦ ਵਰਤਿਆ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਅੰਤਰ ਵਸੈ ਵੀ ਸੇਵਕ ਦਾ ਮਨ ਆਪਣੇ ਅੰਤਰਾਤਮ ਵਿੱਚ ਵਸੇ ਅੰਤਰ ਵਸੈ ਨਾ ਬਾਹਰ ਜਾਏ ਬਾਹਰ ਵਿਸ਼ਿਆਂ ਵਕਾਰਾਂ ਵਾਲੇ ਬੰਨੇ ਨਾ ਪਟਕੇ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਵਿਸ਼ਿਆਂ ਵਕਾਰਾਂ ਵਾਲੀ ਖੁਰਾਕ ਛੱਡ ਕੇ ਕਾਹੇ ਬਿਖ ਖਾਏ ਕਹਿੰਦੇ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਅੰਮ੍ਰਿਤ ਦੀ ਵਿਚਾਰ ਛੱਡ ਕੇ ਗੁਣਾਂ ਦੀ ਖੁਰਾਕ ਛੱਡ ਕੇ ਉਹ ਯਰ ਕਿਉਂ ਖਾਏਗਾ ਕਹਿੰਦੇ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਇਦਾਂ ਦਾ ਗਿਆਨ ਮਨਾ ਮੇਰਿਆ ਲੈਲਾ ਕਿ ਹੋਵੋ ਚਾਕਰ ਸਾਚੇ ਕਿ ਸੱਚ ਦੇ ਚਾਕਰ ਬਣਨਾ ਹੀ ਪ੍ਰਵਿਰਤੀ ਕਰਮ ਨੂੰ ਦ੍ਰਿੜ ਕਰਨਾ ਪ੍ਰਵਰਤ ਹੋਣਾ ਪਾਵ ਆਪਣੇ ਵਿੱਚ ਤਬਦੀਲੀ ਲੈ ਕੇ ਆਉਣੀ ਕਿ ਜਿਹੜਾ ਮੈਂ ਪਹਿਲਾਂ ਕਰਮ ਕਰਦਾ ਸੀ ਜਾਨੀ ਕਿ ਅਸੀਂ ਛੱਡ ਚੁੱਕੇ ਸੀ ਸਾਡੇ ਗੁਰੂ ਨੇ ਸਾਨੂੰ ਭੁੱਲਿਆਂ ਨੂੰ ਕੁਰਾਏ ਪਿਆ ਨੂੰ ਪ੍ਰਵਿਰਤੀ ਕਰਮ ਦ੍ਰਿੜ ਕਰਾ ਦਿੱਤਾ ਇਹ ਪ੍ਰਵਿਰਤੀ ਕਰਮ ਦ੍ਰਿੜ ਕਰਨਾ ਹੀ ਇਸ دنیਵੀ ਜੀਵ ਇਸਤਰੀ ਦੀ ਉਸ ਅਕਾਲ ਪੁਰਖ ਦੇ ਨਾਲ ਪਹਿਲੀ ਲਾਮ ਹੈ ਹਰ ਪਹਿਲੜੀ ਲਾਮ ਹੁਣ ਲਾਮ ਸਮਝ ਗਏ ਪੇਕੇ ਘਰ ਨਾਲੋਂ ਤੋੜ ਕੇ ਤੇ ਸਹੁਰੇ ਘਰ ਨਾਲ ਜੁੜਨਾ ਪਹਿਲੀ ਲਾਮ ਹੈ ਵਿਸ਼ਿਆਂ ਵਿਚਾਰਾਂ ਨਾਲੋਂ ਟੁੱਟ ਕੇ ਤੇ ਗੁਣਾਂ ਨਾਲ ਜੁੜਨਾ ਜਿਹਨੂੰ ਸੰਯੋਗ ਵਿਜੋਗ ਆਪਾਂ ਕਹਿੰਦੇ ਆ ਬੁਰਾਈ ਨਾਲੋਂ ਟੁੱਟ ਕੇ ਚੰਗਿਆਈ ਨਾਲ ਜੁੜਨਾ ਸੱਚ ਦਾ ਕਾਲ ਪੈ ਗਿਆ ਸੀ ਇਹ ਪਹਿਲੀ ਲਾਮ ਹਰ ਪਹਿਲੜੀ ਲਾਮ ਪਹਿਲੀ ਲਾਮ ਆ ਹੈ ਪਹਿਲੀ ਲਾਮ ਪ੍ਰਵਿਰਤੀ ਕਰਮ ਪ੍ਰਵਿਰਤੀ ਕਰਮ ਆਪਣੀ ਜ਼ਿੰਦਗੀ ਚ ਨਾਮ ਜਪਣ ਵਾਲਾ ਕਰਮ ਚੰਗੇ ਗੁਣਾ ਵਾਲਾ ਕਰਮ ਸਿਫਤ ਸਲਾਹ ਵਾਲਾ ਕਰਮ ਐਸਾ ਗਿਆਨ ਜਪੋ ਮਨ ਮੇਰੀ ਹੋਵੋ ਚਾਕਰ ਸੱਚ ਕੀ ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕੰਮ ਜਪੋ ਤਾਂ ਇੱਕੋ ਨਾਮ ਇੱਕ ਨਾਮ ਜਪਣਾ ਭਾਵ ਇੱਕ ਨਾਲ ਜਾਂ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਪ੍ਰਵਿਰਤੀ ਕਰਮ ਦਰੜਾਇਆ ਕਿਨੇ ਗੁਰੂ ਨੇ ਗੁਰੂ ਮੇਨ ਗੁਰੂ ਦਾ ਮੇਨ ਰੋਲ ਹੈ ਕਿਉਂਕਿ ਵਿਚੋਲਗੀ ਗੁਰੂ ਜੀ ਕਰ ਰਹੇ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਜੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਠ ਬਸੀਠ ਕਹਿੰਦੇ ਵਿਚੋਲੇ ਨੂੰ ਗੁਰੂ ਨੇ ਵਿਚੋਲਗੀ ਕੀਤੀ ਗੁਰੂ ਜੀ ਨੇ ਸਾਡੀ ਜ਼ਿੰਦਗੀ ਚ ਪ੍ਰਵਿਰਤੀ ਕਰਮ ਦ੍ਰਿੜ ਕਰਾ ਦਿੱਤਾ ਤੇ ਪ੍ਰਵਿਰਤੀ ਕਰਮ ਦ੍ਰਿੜ ਕਰਾਉਣ ਨਾਲ ਮੇਰੀ ਹੁਣ ਪਹਿਲੀ ਲਾਂ ਉਸ ਅਕਾਲ ਪੁਰਖ ਨਾਲ ਹੋ ਗਈ ਹੈ ਇਸ ਕਰਕੇ ਹੇ ਰਾਮ ਜੀ ਹੇ ਰਮੇ ਹੋਏ ਪ੍ਰਮਾਤਮਾ ਜੀ ਮੈਂ ਤੁਹਾਡੇ ਤੋਂ ਹਜ਼ਾਰਾਂ ਲੱਖਾਂ ਵਾਰ ਕੁਰਬਾਨ ਜਾਂਦਾ ਹਾਂ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀਓ ਬ੍ਰਹਮਾ ਜਿਹੜਾ ਬ੍ਰਹਮ ਸਾਰੇ ਥਾਂ ਤੇ ਫਸਰਿਆ ਹੋਇਆ ਹੁਣ ਇੱਥੇ ਉਸ ਬ੍ਰਹਮੇ ਦੀ ਗੱਲ ਨਹੀਂ ਗੁਰੂ ਪਾਤਸ਼ਾਹ ਜੀ ਕਰ ਰਹੇ ਇੱਥੇ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ ਉਸ ਬ੍ਰਹਮਾ ਦੀ ਸਿਰਸਲਾ ਵਾਲੀ ਬਾਣੀ ਪਾਓ ਅਕਾਲ ਪੁਰਖ ਦੀ ਬਾਣੀ ਉਸ ਵੈਗਰੂ ਦੀ ਬਾਣੀ ਸਿਰਸਲਾ ਵਾਲੀ ਬਾਣੀ ਵੇਦ ਧਰਮ ਦ੍ਰਿੜੋ ਵੇਦ ਦੇ ਇੱਥੇ ਦੱਦੇ ਨੂੰ ਔਂਕੜ ਹੈ ਤੁਸੀਂ ਵੇਖਿਓ ਜਪ ਬਾਣੀ ਦੇ ਵਿੱਚ ਖੀਰ ਜਦੋਂ ਆਪਾਂ 38 ਨੰਬਰ ਪੌੜੀ ਪੜ੍ਹਦੇ ਆ ਭੁਗਤ ਉੱਥੇ ਜਿੱਥੇ ਖੀਰ ਤੇ ਜਦੋਂ ਆਉਂਦਾ ਜਤ ਪਹਾਰਾ ਧੀਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਉੱਥੇ ਵੇਦ ਦੇ ਵੀ ਦੱਦੇ ਨੂੰ ਔਂਕੜ ਹੈ ਕਿ ਕਿ ਵੇਦ ਦਾ ਇੱਥੇ ਅਰਥ ਗਿਆਨ ਹੈ ਜਦੋਂ ਦਦੇ ਨੇ ਓਂਕੜਾਏ ਤਾਂ ਹਮੇਸ਼ਾ ਹੀ ਗਿਆਨ ਇੱਕ ਵਚਨ ਭਲੇ ਗਿਆਨ ਦੀ ਗੱਲ ਹੋ ਰਹੀ ਹੈ ਤੇ ਇੱਥੇ ਵੀ ਵੇਦ ਸ਼ਬਦ ਦਾ ਅਰਥ ਹੈ ਗਿਆਨ ਭਾਵ ਉਸ ਅਕਾਲ ਪੁਰਖ ਵੈਗਰੂ ਦੀ ਸਿਵਸਲਾ ਵਾਲੀ ਬਾਣੀ ਤੇ ਵੇਦ ਧਰਮ ਦ੍ਰਿੜੋ ਭਾਵ ਧਰਮ ਦ੍ਰਿੜ ਕਰਾ ਦਿੱਤਾ ਗੁਰੂ ਜੀ ਨੇ ਸਾਨੂੰ ਉਸ ਚੱਜਾ ਗਿਆਨ ਦੇ ਕੇ ਇਹ ਅਸਲੀ ਧਰਮ ਦ੍ਰਿੜ ਕਰਾਤਾ ਪ੍ਰਵਿਰਤੀ ਕਰਨ ਵਾਲਾ ਤੇ ਇਹਦੇ ਨਾਲ ਅਰਥ ਫਾਇਦਾ ਕੀ ਹੋਇਆ ਜ਼ਿੰਦਗੀ ਚ ਫਾਇਦਾ ਇਹ ਹੋਇਆ ਪਾਪ ਜਾਇਆ ਬਲਰਾਮ ਜੀ ਹੁਣ ਪਾਪ ਦਾ ਸਬੰਧ ਬੰਦੇ ਦੀ ਸੁਰਤ ਨਾਲ ਹੈ ਜਦੋਂ ਬੰਦੇ ਦੀ ਸੁਰਤ ਨੇ ਪ੍ਰਵਿਰਤੀ ਕਰਮ ਦੇ ਵਿੱਚ ਆ ਗਈ ਪਹਿਲੀ ਲਾ ਹੋ ਗਈ ਉਦੋਂ ਬਾਣੀ ਬ੍ਰਹਮਾ ਹੁਣ ਗੱਲ ਕਲੀਅਰ ਹੋ ਗਈ ਵੀ ਉਸ ਕਾਲਪੁਰਖ ਵਾਲੀ ਬਾਣੀ ਦੇ ਨਾਲ ਜਦੋਂ ਮਾਨ ਨੇ ਸਾਂਝ ਪਾ ਲਈ ਤੇ ਵੇਦ ਧਰਮ ਦ੍ਰਿੜੋ ਗਿਆਨ ਦਾ ਧਰਮ ਦ੍ਰਿੜ ਕਰੋ ਭਾਵ ਗਿਆਨ ਵਾਲੀ ਵਿਚਾਰ ਲੈ ਕੇ ਆਓ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਪੱਕਾ ਕਰੋ ਕਿਹੜਾ ਗਿਆਨ ਜਿਹੜਾ ਗਿਆਨ ਸਾਨੂੰ ਬੁਰਾਈ ਨਾਲ ਲੜਨਾ ਸਿਖਾਉਂਦਾ ਜੇ ਨੂੰ ਇੰਜ ਵੀ ਲਿਖਿਆ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਕਬੀਰਾਂ ਜਹਾਂ ਗਿਆਨ ਤਾਂ ਧਰਮ ਹੈ ਹੁਣ ਗੱਲ ਆ ਗਈ ਨਾ ਇੱਥੇ ਹੁਣ ਇੱਥੇ ਵੀ ਉਹ ਗਿਆਨ ਤੇ ਧਰਮ ਇਕੱਠਾ ਸ਼ਬਦ ਹੈ ਵੇਦ ਗਿਆਨ ਧਰਮ ਹੁਣ ਉੱਥੇ ਸ਼ਬਦ ਦਾ ਕਬੀਰਾਂ ਜਹਾਂ ਗਿਆਨ ਤਾਂ ਧਰਮ ਹੈ ਜਿੱਥੇ ਗਿਆਨ ਹੋਏਗਾ ਉੱਥੇ ਧਰਮ ਨਿਭਾਇਆ ਜਾ ਸਕਦਾ ਕਿਉਂਕਿ ਜੇ ਗਿਆਨ ਦੀ ਰੌਸ਼ਨੀ ਤੋਂ ਬਿਨਾਂ ਜਿਹੜਾ ਧਰਮ ਨਿਭਾਏਗਾ ਉਹ ਆ ਧਰਮ ਹੋਏਗਾ ਕਰਮकांड ਹੋਣਗੇ ਕਰਮकांड ਹੋਏਗਾ ਪਖੰਡ ਹੋਏਗਾ ਇੱਥੇ ਸ਼ਬਦ ਵਰਤਿਆ ਵੇਦ ਧਰਮ ਦ੍ਰਿੜੋ ਪਾਵ ਗਿਆਨ ਵਾਲਾ ਧਰਮ ਦ੍ਰਿੜ ਕਰ ਲੋ ਪੱਕਾ ਕਰ ਲੋ ਪਾਪ ਤੇ ਜਾਇਆ ਬਲਰਾਮ ਜੀ ਉਹਦੇ ਨਾਲ ਪਾਪ ਜ਼ਿੰਦਗੀ ਚੋਂ ਖਤਮ ਹੋ ਜਾਏਗਾ ਮਾੜੀ ਸੋਚ ਜ਼ਿੰਦਗੀ ਚੋਂ ਮੁੱਕ ਜਾਏਗੀ ਮਾੜੇ ਵਿਚਾਰ ਜ਼ਿੰਦਗੀ ਚੋਂ ਖਤਮ ਹੋ ਜਾਣਗੇ ਹੇ ਜੀਵ ਇਹੋ ਹੀ ਤੇਰੀ ਕਾਲਪੁਰਖ ਨਾ ਪਹਿਲੀ ਲਾਮ ਹੈ ਹੁਣ ਦੱਸਿਓ ਭਲਾ ਹੁਣ ਲਾਵਾਂ ਦਾ ਸਬੰਧ ਸਾਰਿਆਂ ਨਾਲ ਹੈਗਾ ਕਿ ਨਹੀਂ ਹੈਗਾ ਅਸੀਂ ਕਹਿੰਦੇ ਹਾਂ ਕਈ ਵਾਰੀ ਵੀ ਲੜਕੇ ਲੜਕੀ ਨਾਲ ਹੀ ਲਾਵਾਂ ਦਾ ਸਬੰਧ ਹੈ ਕਿਉਂਕਿ ਵਾਸਤਵ ਵਿੱਚ ਅਸੀਂ ਸਿੱਖਣਾ ਚਾਹੁੰਦੇ ਹੀ ਨਹੀਂ ਨਾ ਸੀ ਉਥੇ ਇਦਾਂ ਦਾ ਮਾਹੌਲ ਬਣਾਉਣੇ ਆ ਵੀ ਕੋਈ ਕੋਈ ਸਾਨੂੰ ਆਣ ਕੇ ਲਾਵਾਂ ਦੇ ਅਰਥ ਕਰਕੇ ਦੱਸੇ ਜਾਂ ਆਪ ਹੀ ਕਰ ਲਓ ਤੁਸੀਂ ਲੜਕੇ ਦਾ ਪਿਤਾ ਕਰੇ ਲੜਕੇ ਦੀ ਮਾਂ ਕਰੇ ਲੜਕੇ ਦਾ ਕੋ ਭਰਾ ਕਰੇ ਆਪਣੇ ਪਰਿਵਾਰ ਚੋਂ ਕੋ ਜੀ ਉੱਠ ਕੇ ਉੱਥੇ ਜੇ ਤੁਹਾਨੂੰ ਇਹ ਲੱਗਦਾ ਵੀ ਕੋਈ ਗ੍ਰੰਥੀ ਪ੍ਰਚਾਰਕ ਦੀ ਵੀ ਤੁਹਾਨੂੰ ਲੋੜ ਨਹੀਂ ਤੁਸੀਂ ਆਪੇ ਕਰ ਲਓ ਪਰ ਕਰੋ ਤੇ ਜ਼ਰੂਰ ਨਾ ਕਰੋ ਤੇ ਜ਼ਰੂਰ ਹੋਏ ਤੇ ਸ਼ਬਦ ਵਰਤੇ ਆ ਬਾਣੀ ਬ੍ਰਹਮਾ ਵੇਦ ਧਰਮ ਦਿੜੜੋ ਪਾਪਤ ਜਾਇਆ ਬਰਨਮ ਜੀ ਕਬੀਰਾ ਜਹਾਂ ਗਿਆਨ ਤਾਂ ਧਰਮ ਹੈ ਜਹ ਝੂਠ ਸੈ ਪਾਪ ਜਹ ਲੋਭ ਤਹ ਕਾਲ ਹੈ ਜਹ ਖਿਮਾ ਤਹ ਆਪ ਹੁਣ ਜਹ ਕਬੀਰਾ ਜਹ ਗਿਆਨ ਤਾਂ ਧਰਮ ਹੈ ਜਿੱਥੇ ਗਿਆਨ ਉਥੇ ਧਰਮ ਹੈ ਹੁਣ ਇਥੇ ਸ਼ਬਦ ਵਰਤਿਆ ਗਿਆਨ ਵਾਲਾ ਧਰਮ ਆਪਣੇ ਅੰਦਰ ਗਿਆਨ ਧਰਮ ਨੂੰ ਪੱਕਾ ਕਰੋ ਇਹਦੇ ਨਾਲ ਪਾਪ ਤਜਾਇਆ ਬਲਰਾਮ ਜੀਓ ਪਾਪ ਸੁਰਤ ਵਿੱਚੋਂ ਮੁੱਕ ਜਾਏਗਾ ਕਿਉਂਕਿ ਸੁਰਤ ਦੇ ਤਲ ਤੇ ਪਾਪ ਹੁੰਦਾ ਹੈ ਮਾੜੀ ਸੋਚ ਹੀ ਪਾਪ ਹੈ ਫਿਰ ਇਹ ਕਹਿੰਦੇ ਧਰਮ ਦਿਰੜੋ ਫਿਰ ਦੁਬਾਰਾ ਕਹਤਾ ਉਸੇ ਗੱਲ ਨੂੰ ਦੁਬਾਰਾ ਰਿਪੀਟ ਕੀਤਾ ਕਿ ਧਰਮ ਦਿਰੜੋ ਕਿਹੜਾ ਗਿਆਨ ਧਰਮ ਦਿਰੜੋ ਸ਼ਿਵ ਸਲਾਹ ਵਾਲਾ ਧਰਮ ਦਿਰੜੋ ਧਰਮ ਦਿਰੜੋ ਹਰ ਨਾਮ ਤੇ ਆਵੋ ਹਰੀ ਦੇ ਨਾਮ ਤੇ ਹੁਣ ਵਾਲਾ ਧਰਮ ਦਿਰੜੋ ਹਰੀ ਦੇ ਨਾਮ ਹਰੀ ਦੇ ਨਾਮ ਨੂੰ ਧਿਉਣ ਵਾਲਾ ਧਰਮ ਦਿਰੜੋ ਧਰਮ ਕਿਹੜਾ ਹੁਣ ਗੱਲ ਆ ਗਈ ਧਰਮ ਇੱਕੋ ਹੀ ਹੈ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਹੀ ਧਰਮ ਹੈ ਨਿਰਮਲ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹੁਣ ਇੱਥੇ ਕਹਤਾ ਧਰਮ ਡਰੜੋ ਹਰ ਨਾਮ ਤੇ ਆਵੋ ਹਰੀ ਦੇ ਨਾਮ ਨੂੰ ਧਿਉਣ ਵਾਲਾ ਧਰਮ ਪੱਕਾ ਕਰ ਲੋ ਸਿਮਰਤ ਸਿਮਰਦਾਸ ਦੀ ਸਿਮਰਤੀ ਯਾਦ ਸ਼ਕਤੀ ਚੇਤ ਚੇਤਾ ਕਹਿੰਦੇ ਸਿਮਰਤ ਮੇਰੇ ਗੁਰੂ ਨੇ ਮੇਰੀ ਸਿਮਰਤੀ ਚ ਮੇਰੀ ਸੁਰਤ ਵਿੱਚ ਨਾਮ ਦਰੜਾਇਆ ਨਾਮ ਦ੍ਰਿੜ ਕਰ ਦਿੱਤਾ ਪੱਕਾ ਕਰ ਦਿੱਤਾ ਜਿਵੇਂ ਆਪਾਂ ਕਹਿੰਦੇ ਤੂੰ ਚੇਤਾ ਰੱਖੀਂ ਆ ਗੱਲ ਆ ਗੱਲ ਤੂੰ ਪੱਲੇ ਬੰਨ ਲਈ ਆਪਾਂ ਕਿਸੇ ਨੂੰ ਗੱਲ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਭਾਈ ਆ ਗੱਲ ਤੂੰ ਪੱਲੇ ਬੰਨ ਲਈ ਤੇ ਹੁਣ ਕੀ ਹੋ ਗਿਆ ਸਿਮਰਤ ਨਾਮ ਦ੍ਰਿੜਾਇਆ ਮੇਰੀ ਸਿਮਰਤ ਦੇ ਵਿੱਚ ਇਹ ਨਾਮ ਦ੍ਰਿੜ ਕਰਾ ਦਿੱਤਾ ਮਾਈ ਸਤ 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 ਹਰ ਸਤ ਸਤ ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਠੜੀ ਬੰਦਾ ਆ ਗਿਆ ਨਾ ਸਿਮਰਤੀ ਸਿਮਰਤ ਸਿਮਰਤ मीनिंग ਸੁਰਤ ਵਿੱਚ ਹੁਣ ਇਹ ਜਿਹੜੇ ਸ਼ਬਦ ਆ ਨਾ ਸਾ ਸੰਗਤ ਜਦੋਂ ਸਿਮਰਤ ਸ਼ਬਦ ਆਉਂਦਾ ਵੇਦ ਸ਼ਬਦ ਆਉਂਦਾ ਬ੍ਰਹਮਾ ਸ਼ਬਦ ਆਉਂਦਾ ਤੇ ਸਾਡੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਬ੍ਰਹਮੇ ਦੀ ਵਿਆਖਿਆ ਕਰਨ ਲੱਗ ਪੈਂਦੇ ਅਸੀਂ ਵੇਦਾਂ ਦੀ ਵਿਆਖਿਆ ਪਾਜ ਨੇ ਤਾਂ ਹੀ ਤੇ ਅਗਲੇ ਫਿਰ ਆਰਐਸਐਸ ਵਾਲੇ ਤਾਂ ਹੀ ਤੇ ਇਸ ਬੰਨੇ ਤੁਰਦੇ ਆ ਵੀ ਵੇਦਾਂ ਦਾ ਤਤਸਾਰ ਗੁਰਬਾਣੀ ਹੈ ਉਹਨਾਂ ਦੇ ਪ੍ਰਚਾਰਕ ਤਾਂ ਹੀ ਤੇ ਬੋਲੀ ਬੋਲਦੇ ਨੇ ਕਿਉਂਕਿ ਅਸੀਂ ਵੀ ਆਪਣਾ ਕੱਚ ਕਰਨ ਗਿਆਨ ਕਈ ਵਾਰੀ ਘੋਟਣ ਲੱਗ ਪਏ ਨੇ ਹੁਣ ਇੱਥੇ ਇਹ ਸ਼ਬਦ ਹੁਣ ਹੁਣ ਬ੍ਰਹਮਾ ਆਉਣ ਦੇ ਨਾਲ ਇਹਦਾ ਅਰਥ ਹੋ ਗਿਆ ਵੀ ਬ੍ਰਹਮੇ ਉਸ ਦੀ ਗੱਲ ਹੋ ਰਹੀ ਹੈ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਜਿਹੜੇ ਮੰਨਦੇ ਨੇ 100 ਵਾਰ ਮੰਨਣ ਉਸ ਨੂੰ ਤੂੰ ਇਸ ਕਰਕੇ ਸਾਸ ਜੀ ਇੱਥੇ ਵੇਦ ਸ਼ਬਦ ਆਇਆ ਜਾਂ ਸਿਮਰਤ ਸ਼ਬਦ ਆਇਆ ਹੁਣ ਜੇ ਸਿਮਰਤ ਸਿਮਰਤ ਨਾਮ ਦਰੜਾਇਆ ਤੇ ਜੇ ਆਪਾਂ ਉਸ ਸਿਮਰਤੀ ਦੀ ਗੱਲ ਕਰਾਂਗੇ ਉਥੇ ਤੇ ਵੇਦ ਕੀ ਪੁੱਤਰੀ ਸਿਮਰਤੀ ਕਿਹਾ ਸੰਕਲ ਜੇਵਰੀ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵਰੀ ਲੈ ਕੇ ਆਈ ਬੇਦਾਂ ਵਿੱਚੋਂ ਸਿਮਰਤियां ਨਿਕਲੀਆਂ ਤੇ ਗੁਰੂ ਭਗਤ ਕਬੀਰ ਜੀ ਕਹਿੰਦੇ ਉਹ ਤੇ ਸੰਸਾਰ ਦੀ ਸੰਗਲ ਤੇ ਜੰਜੀਰਾਂ ਲੈ ਕੇ ਆਈਆਂ ਵਰਣਵੰਡ ਦੀਆਂ ਵੀ ਆ ਉੱਚਾ ਆ ਨੀਵਾ ਐ ਇਹ ਸ਼ੂਦਰ ਐ ਇਹ ਉੱਚੇ ਘਰਾਣੇ ਦਾ ਐ ਵਰਣਵੰਡ ਤੇ ਇਹ ਸਾਨੂੰ ਇਹ ਸਿਮਰਤੀ ਨੂੰ ਦ੍ਰਿੜ ਕਰਾਉਣਗੇ ਗੁਰੂ ਰਾਮਦਾਸ ਮਹਾਰਾਜੀ ਪੱਲਾ ਇੱਥੇ ਤੇ ਗੱਲ ਹੋ ਰਹੀ ਐ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਹਰੀ ਨੂੰ ਹਰੀ ਦੇ ਨਾਮ ਤੇ ਹੁਣ ਵਾਲਾ ਧਰਮ ਦ੍ਰਿੜ ਪੱਕਾ ਕਰ ਲਓ ਕਿਹਨੇ ਕਰਾਇਆ ਗੁਰੂ ਨੇ ਸਿਮਰਤ ਨਾਮ ਦਰੜਾਇਆ ਮੇਰੀ ਸਿਮਰਤੀ ਦੇ ਵਿੱਚ ਉਹ ਨਾਮ ਪੱਕਾ ਕਰ ਦਿੱਤਾ ਅੱਗੇ ਪਾਸ਼ਾ ਜੀ ਕਹਿੰਦੇ ਨੇ ਸਤਗੁਰ ਗੁਰ ਪੂਰਾ ਅਰਧ ਸਤਗੁਰ ਪੂਰੇ ਗੁਰੂ ਨੇ ਹੁਣ ਪੂਰਾ ਗੁਰੂ ਸ਼ਬਦ ਆ ਗਿਆ ਨਾ ਆਪਾਂ ਪੂਰੇ ਗੁਰੂ ਕੋਲੋਂ ਹੀ ਜ਼ਿੰਦਗੀ ਦੀ ਮਰਿਆਦਾ ਸਿੱਖਣੀ ਹੈ ਗੁਰ ਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਪੂਰਾ ਗੁਰੂ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧੇ ਮੈਦੀ ਨੂੰ ਜਨਮ ਜਨਮ ਕੀ ਮਿਲ ਗਏ ਪੂਰੇ ਗੁਰੂ ਨੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਸੁਖ ਲੈ ਆਂਦਾ ਇਸ ਕਰਕੇ ਕਹਿ ਦਤਾ ਸਤ ਗੁਰ ਗੋਰ ਪੂਰਾ ਅਰਾਧੋ ਸਤ ਗੁਰੂ ਨੂੰ ਉਸ ਪੂਰੇ ਨੂੰ ਅਰਾਧੋ ਪਾਵੋ ਦੀ ਸਿੱਖਿਆ ਉੱਤੇ ਤੁਰੋ ਪੱਕਾ ਕਰੋ ਹੁਣ ਉੱਤੇ ਸ਼ਬਦ ਵਰਤਿਆ ਸੀ ਨਾ ਦ੍ਰਿੜ ਦ੍ਰਿੜੋ ਇੱਥੇ ਅਰਾਧੋ ਕਹਿਤਾ ਅਰਾਧੋ ਮੈਨੂੰ ਪੱਕਾ ਕਰ ਲੋ ਆਪਣੀ ਸੁਰਤ ਰਾਦਨਦਾਰ ਹੁੰਦਾ ਪ੍ਰੈਕਟਿਸ ਵਿੱਚ ਲਾਓ ਆਪਣੇ ਅਭਿਆਸ ਵਿੱਚ ਲਾਓ ਗੁਰੂ ਦੀ ਸਿੱਖਿਆ ਨੂੰ ਆਪਣੀ ਰੋਜ਼ਮਰ ਦੀ ਜ਼ਿੰਦਗੀ ਚ ਲਾਓ ਰਾਦਨਦਾਰ ਅਰਥ ਕੀ ਹੁੰਦਾ ਆਪਣੀ ਰੋਜ਼ਮਰ ਦੀ ਜ਼ਿੰਦਗੀ ਚ ਲਾਓ ਸਵੇਰ ਤੋਂ ਲੈ ਕੇ ਸ਼ਾਮ ਜਿਹੜੀ ਚੀਜ਼ ਤੁਹਾਡੀ ਜ਼ਿੰਦਗੀ ਦੀ ਵਿੱਚ ਆ ਜਾਂਦੀ ਹੁਣ ਅਰਾਧਨਾ ਹੁਣ ਜਦੋਂ ਇੱਕ ਬੰਦਾ ਕੰਪਿਊਟਰ ਤੇ ਟਾਈਪ ਕਰਦਾ ਉਹ ਉਹ ਰੱਟਾ ਮਾਰਦਾ ਮਕੈਨੀਕਲ ਰੈਪੀਟੇਸ਼ਨ ਕਰਦਾ ਕਿ ਪ੍ਰੈਕਟੀਕਲ ਉਹ ਟਾਈਪ ਕਰਦਾ ਉਹ ਜਿਹਨੂੰ ਟਾਈਪ ਕਰਦਾ ਨਾ ਉਹ ਉਹ ਨੂੰ ਪਤਾ ਵੀ ਕਿਹੜੇ ਕਿੱਥੋਂ ਮੈਂ ਕਿਹੜਾ ਅੱਖਰ ਜਿਹੜਾ ਜਿਹੜਾ ਉਹ ਸਾਹਮਣੇ ਟਾਈਪ ਕਰਨਾ ਹੁਣ ਉਹ ਜਿਹੜਾ ਪ੍ਰੈਕਟਿਸ ਕਰਦਾ ਨਾ ਉਹ ਆਰਾਧ ਰਿਹਾ ਹੌਲੀ ਹੌਲੀ ਉਹ ਦੀ ਸੁਰਤ ਵਿੱਚ ਗੱਲਾਂ ਬਹਿ ਜਾਂਦੀਆਂ ਆਪਣੇ ਆਪ ਹੀ ਫਿਰ ਵੇਖਾ ਤੁਸੀਂ ਕਈ ਵਾਰੀ ਸਾਹਮਣੇ ਵੇਖਦਾ ਆਪਣੇ ਆਪ ਹੀ ਕੀਬੋਰਡ ਤੇ ਉਂਗਲਾਂ ਘੁੰਮ ਜਾਂਦੀਆਂ ਜਿਹੜਾ ਹਰਮੋਨੀਆ ਜਦੋਂ ਉਹ ਚੋਂ ਕੀਰਤਨ ਕਰਦਾ ਸਾਜ਼ ਵਜਾਉਂਦਾ ਜਿਹੜਾ ਕਿਊਜ਼ਨ ਕਰਨ ਵਾਲਾ ਪਹਿਲੀ ਵਾਰ ਸਰਗਮਾਂ ਵੱਲ ਵੇਖ ਕੇ ਉਹਨੂੰ ਕੀਰਤਨ ਕਰਨਾ ਪੈਂਦਾ ਵੀ ਸਾ ਰੇ ਗਾਮ ਫਿਰ ਤੁਸੀਂ ਵੇਖੋ ਕਈ ਵਾਰੀ ਅੱਖਾਂ ਬੰਦ ਹੁੰਦੀਆਂ ਆਪਣੇ ਆਪ ਉਂਗਲਾਂ ਉੱਤੇ ਤੁਰੀਆਂ ਜਾਂਦੀਆਂ ਹੁਣ ਜਿਵੇਂ ਗੱਡੀ ਆ ਪਹਿਲੀ ਵਾਰ ਜੋ ਬੰਦਾ ਗੱਡੀ ਚ ਚਲਾਉਂਦਾ ਕਿਦਾਂ ਧਿਆਨ ਨਾ ਬੀਣਾ ਕਿਦਾਂ ਐਕਸੀਲੇਟਰ ਨਾ ਆਪਣਾ ਕਿਦਾਂ ਮੈਂ ਗੇਅਰ ਪਾਉਣਾ ਜਦੋਂ ਉਹ 5-7 ਵਾਰ ਪ੍ਰੈਕਟਿਸ 10-20 ਵਾਰ 100 ਵਾਰ ਪ੍ਰੈਕਟਿਸ ਕਰ ਲੈਂਦਾ ਫਿਰ ਉਹਦੀ ਸਿਮਰਤੀ ਚੋ ਗੱਲ ਬਹਿ ਜਾਂਦੀ ਹੈ ਉਹ ਸਿਮਰਤੀ ਚ ਗੱਲ ਬਹਿਣਾ ਹੀ ਉਹਨੂੰ ਰੋਜ਼ ਆਪਣੀ ਅਭਿਆਸ ਵਿੱਚ ਲੈ ਆਉਣਾ ਹੀ ਉਹਦੇ ਮੁਤਾਬਕ ਕੰਮ ਕਰਨਾ ਹੀ ਉਹ ਆਰਾਧਨਾ ਹੈ ਇਦਾਂ ਜਿਵੇਂ ਰੱਬੀ ਗੁਣਾਂ ਨੂੰ ਗੁਰੂ ਦੀ ਪਿਆਰੀ ਸਿੱਖਿਆ ਨੂੰ ਅਸੀਂ ਰੋਜ਼ ਮਰਾਂ ਦੀ ਜ਼ਿੰਦਗੀ ਚ ਲੈ ਕੇ ਆਵਾਂਗੇ ਨਾ ਇਹ ਰੋਜ਼ ਮਰਾਂ ਦੀ ਜ਼ਿੰਦਗੀ ਚ ਲਿਓਣਾ ਹੀ ਗੁਰੂ ਦੀ ਸਿੱਖਿਆ ਨੂੰ ਅਰਾਧਨਾ ਹੈ ਆ ਜਿਹੜਾ ਮੁੱਕ ਗਿਆ ਜਿਵੇਂ ਗੁਰੂ ਗੁਰੂ ਗੁਰਕਰਮਨ ਮੋਰ ਮਨਾ ਰੋਜ਼ ਗੁਰੂ ਗੁਰੂ ਕਰ ਪਵ ਗੁਰੂ ਦੀ ਸਿੱਖਿਆ ਅਨੁਸਾਰ ਤੁਰ ਗੁਰੂ ਬਿਨਾ ਮੈ ਨਹੀਂ ਹੋਰ ਇਸਨੂੰ ਆਖਸੀ ਕੱਚੋ ਕੰਜਰ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅਮਰਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਾਤਾ ਰੇ ਪਾਹਣ ਮਾਨ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋਂ ਸ੍ਰੀਖੰਡ ਸਤਗੁਰ ਕੀਓ ਦੁਖ ਦਰਿਦਰ ਤਨ ਕੇ ਗਏ ਸਤਗੁਰ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੋਰਨਰ ਪਏ ਕਿਦਾਂ ਜਿਹਨੂੰ ਗੁਰੂ ਨੂੰ ਅਰਾਧਿਆ ਗੁਰੂ ਦੀ ਸਿੱਖਿਆ ਉੱਤੇ ਤੁਰਨਾ ਹੀ ਅਮਲੀ ਜੀਵਨ ਚ ਲੈ ਕੇ ਆਉਣਾ ਹੀ ਗੁਰੂ ਨੂੰ ਅਰਾਧਨਾ ਸਤਗੁਰ ਗੁਰਪੂਰਾ ਅਰਾਧੋ ਇਹਦਾ ਜੀਵਨ ਚ ਫਰਕ ਕੀ ਪਵੇਗਾ ਸਭ ਸਾਰੇ ਭੱਬੇ ਨੂੰ ਸਿਹਾਰੀ ਹੈ ਸਭ ਕਿਲਵਿਕ ਪਾਪ ਗਵਾਇਆ ਕਿਲਵਿਕ ਮਾੜੀ ਸੋਚ ਮਾੜੇ ਖਿਆਲਾਤ ਹੁਣ ਜਿਹਨੂੰ ਸੋਚ ਮਾੜੀ ਹੋਵੇ ਤੇ ਮਾੜੇ ਕਰਮ ਕਰਦਾ ਬੰਦਾ ਤਾਂ ਜੀ ਸੋਚ ਵੜਾ ਚੰਗੇ ਕਰਮ ਕਰਦਾ ਮਾੜੀ ਸੋਚ ਵਾਲਾ ਮਾੜੇ ਕਰਮ ਕਰਦਾ ਹੁਣ ਕਿਲਵਿਖ ਪਾਪ ਗਵਾਇਆ ਸਾਰੇ ਕਿਲਵਿਖ ਪਾਪ ਗਵਾਚ ਗਏ ਮੁੱਕ ਗਏ ਖਤਮ ਹੋ ਗਏ ਕਿਦਾਂ ਗੁਰੂ ਨੂੰ ਆਰਾਧਨ ਨਾਲ ਜਦੋਂ ਗੁਰੂ ਦੀ ਸਿੱਖਿਆ ਮੰਨਣ ਵਿੱਚ ਆ ਗਈ ਮਨ ਗੁਰੂ ਦੀ ਸਿੱਖਿਆ ਅਨੁਸਾਰ ਤਿਆਰ ਹੋ ਗਿਆ ਤੇ ਫਿਰ ਕਿਲਵਿਖ ਪਾਪ ਗਵਾਇਆ ਆਪੇ ਹੋ ਜਾਣਾ ਫਿਰ ਅੱਗੇ ਕਹਿੰਦੇ ਨੇ ਸਹਿਜ ਆਨੰਦ ਹੁਆ ਵੱਡ ਭਾਗੀ ਗੁਰੂ ਦੀ ਪਿਆਰੀ ਸਿੱਖਿਆ ਕਰਕੇ ਗੁਰੂ ਦੀ ਪਿਆਰੀ ਸਿੱਖਿਆ ਜੀਵਨ ਚ ਲਿਓਣ ਨਾਲ ਜਦੋਂ ਅੰਦਰੋਂ ਪਾਪ ਗਵਾਇਆ ਹੋ ਗਿਆ ਤੇ ਫਿਰ ਕੀ ਹੋ ਗਿਆ ਪਾਪ ਜਦੋਂ ਜ਼ਿੰਦਗੀ ਚੋਂ ਨਿਕਲ ਗਿਆ ਤੇ ਸਹਿਜ ਆਪੇ ਆ ਗਿਆ ਸਹਿਜ ਕਿਹੜੀ ਚੀਜ਼ ਨਹੀਂ ਸੀ ਆਉਣ ਦਿੰਦੀ ਪਾਪ ਮਾੜੇ ਖਿਆਲ ਜ਼ਿੰਦਗੀ ਸਹਿਜ ਨਹੀਂ ਸੀ ਆਉਣ ਦਿੰਦੇ ਕਿਉਂਕਿ ਮਾੜੀ ਜ਼ਿੰਦਗੀ ਆਪਾਂ ਪੜਦੇ ਆ ਨਾ ਗੁਰੂ ਸਾਹਿਬ ਦਾ ਵਾਕ ਕਿ ਜਿਹੜਾ ਮਨੁੱਖ ਦਾ ਜੀਵਨ ਹੈ ਜਦੋਂ ਗੁਰੂ ਅਨਸਾਰੀ ਹੋ ਕੇ ਤੁਰਦਾ ਜਦੋਂ ਮਨੁੱਖ ਮਰਤਕ ਕੋ ਪਾਇਓ ਤਨ ਸਾਸਾ ਜਿਹੜਾ ਬੰਦਾ ਆਤਮਿਕ ਤੌਰ ਤੇ ਮਰਿਆ ਪਿਆ ਸੀ ਗੁਰੂ ਨੇ ਗੁਨਾ ਦੀ ਆਕਸੀਜਨ ਪਾਤੀ ਉਹ ਤੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤਿ ਆਣ ਮਿਲਾਇਆ ਜਿਹੜਾ ਸੱਚ ਨਾਲ ਉਹ ਵਿਛੜਿਆ ਹੋਇਆ ਸੀ ਗੁਰੂ ਨੇ ਲਿਆ ਕੇ ਮੜਾ ਤਾਂ ਗੁਰੂ ਜੀ ਵਿਚੋਲ ਗਈ ਜੋ ਕਰਦੇ ਬਿਸ਼ਰਤਿ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਦ ਪੈ ਸ਼ਰੋਤੇ ਜਿਹੜੇ ਅੰਦਰ ਦੇ ਪਾਪ ਸੀ ਮਾੜੇ ਖਿਆਲ ਸੀ ਉਹ ਪਸ਼ੂ ਬਣ ਚੁੱਕੇ ਸੀ ਉਹ ਸ਼ਰੋਤੇ ਬਣਾਤੇ ਹੁਣ ਪਸ਼ੂ ਪ੍ਰੇਤ ਮੁਗਦ ਪੈ ਸ਼ਰੋਤੇ ਹਰ ਨਾਮਾ ਮੁਕ ਗਾਇਆ ਹੁਣ ਉਹੋ ਹੀ ਹਰੀ ਦੇ ਨਾਮ ਉਹੋ ਹੀ ਪੈਰ ਚੋਲਣਾ ਗਦਾ ਨਾਚੇ ਭੈंसा ਭਗਤ ਕਰਾਵੇ ਹੋ ਗਿਆ ਹੁਣ ਉਹੋ ਹੀ ਜਿਹੜੇ ਅੰਦਰ ਦੇ ਜਿਹੜੇ ਪਹਿਲਾਂ ਵਿਸ਼ੇਵਕਾਰ ਤੁਰੇ ਫਿਰਦੇ ਸੀ ਹੁਣ ਜ਼ਿੰਦਗੀ ਸਵਰ ਗਈ ਹੁਣ ਪਸ਼ੂ ਪ੍ਰੇਤ ਮੁਗਤ ਪੈ ਸ਼ਰੋ ਤੇ ਹਰਨਾ ਮਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਸਤ ਗੁਰ ਗੁਰਪੂਰਾ ਰaddo ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿਣ ਨਾ ਜਾਈ ਫਿਰ ਅੱਗੇ ਤਾਂ ਕਿ ਕੀਮਤ ਉਹਦੀ ਕੀਮਤ ਬਿਆਨ ਥੋੜਾ ਹੋ ਸਕਦੀ ਹੈ ਦੁਖ ਸੋਕ ਕਟਾਇਓ ਡੇਰਾ ਅੰਦਰ ਦਾ ਦੁਖ ਤੇ ਸੋਗ ਦਾ ਡੇਰਾ ਸੀ ਨਾ ਉਹ ਜਦੋਂ ਟਹਿ ਗਿਆ ਕਿਹਨੇ ਟਾਇਆ ਗੁਰੂ ਨੇ ਸਤਗੁਰੂ ਗੁਰੂਰਾ ਰaddo ਦੁਖ ਸੋਕ ਕਟਾਇਓ ਡੇਰਾ ਆਨੰਦ ਮੰਗਲ ਬਿਸ਼ਰਾਮਾ ਅੰਦਰ ਆਨੰਦ ਤੇ ਮੰਗਲ ਨੇ ਵਿਸ਼ਰਾਮ ਕਰ ਲਿਆ ਟਿਕਾਣਾ ਕਰ ਲਿਆ ਅੰਦਰ ਹੁਣ ਹੁਣ ਇੱਥੇ ਕਿਹੜੀ ਚੀਜ਼ ਆਨੰਦ ਨਹੀਂ ਸੀ ਆਉਣ ਦੀ ਪਾਪ ਮਾੜੇ ਖਿਆਲ ਮਾੜੀ ਸੋਚ ਜਦੋਂ ਉਹ ਗੁਰੂ ਦੀ ਸਿੱਖਿਆ ਉੱਤੇ ਤੁਰਨਾ ਖਤਮ ਹੋ ਗਈ ਤੇ ਜ਼ਿੰਦਗੀ ਚ ਕੀ ਆ ਗਿਆ ਸਹਿਜ ਆਨੰਦ ਹਵਾਵਡ ਭਾਗੀ ਵੱਡਿਆਂ ਭਾਗਾਂ ਵਾਲਾ ਬਣ ਗਿਆ ਹਵਾਵਡ ਭਾਗੀ ਹੋ ਹੋ ਗਿਆ ਹੁਣ ਵੱਡਿਆਂ ਭਾਗਾਂ ਵਾਲਾ ਹਵਾਵਡ ਭਾਗੀ ਜਦੋਂ ਸਹਿਜ ਆ ਗਿਆ ਆਨੰਦ ਹੋ ਗਿਆ ਹੁਣ ਵੱਡਿਆਂ ਭਾਗਾਂ ਵਾਲਾ ਬਣਿਆ ਅਸੀਂ ਉਲਟ ਕਹਿੰਦੇ ਅਸੀਂ ਕਹਿੰਦੇ ਵੱਡਿਆਂ ਭਾਗਾਂ ਵਾਲੇ ਸਾਡੇ ਵੀ ਵੱਡੇ ਭਾਗ ਹੋਣਗੇ ਤੇ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਨਹੀਂ ਜਦੋਂ ਮੈਂ ਗੁਰੂ ਦੀ ਸਿੱਖਿਆ ਅਨੁਸਾਰ ਤੁਰਾਂਗਾ ਮੇਰੀ ਮਾੜੀ ਸੋਚ ਖਤਮ ਹੋਏਗੀ ਸਹਿਜ ਜ਼ਿੰਦਗੀ 'ਚ ਆ ਜਾਏਗਾ ਆਨੰਦ ਜ਼ਿੰਦਗੀ 'ਚ ਆ ਜਾਏਗਾ ਤੇ ਫਿਰ ਹਵਾਵਡ ਭਾਗੀ ਤੇ ਅੱਗੇ ਮਨ ਹਰ ਹਰ ਮੀਠਾ ਲਾਇਆ ਜਿਹੜੇ ਮਨ ਨੂੰ ਵਿਸ਼ੇਵਕਾਰ ਮਿੱਠੇ ਲੱਗਦੇ ਆ ਹੁਣ ਵੇਖ ਇੱਥੇ ਫਰਕ ਵੇਖੋ ਇੱਥੇ ਲਿਖਿਆ ਮਨ ਹਰ ਹਰ ਮਿੱਠਾ ਲਾਇਆ ਤੇ ਜਦੋਂ ਗੁਰੂ ਦੀ ਸਿੱਖਿਆ ਨਹੀਂ ਸੀ ਲਈ ਉਦੋਂ ਮਨ ਨੂੰ ਕੀ ਮਿੱਠਾ ਲੱਗਦਾ ਸੀ ਉਦੋਂ ਬਿਖਫਲ ਮਿੱਠ ਲੱਗੇ ਮਨ ਬੋਰੇ ਭਗਤ ਧੰਨਾ ਜੀ ਕਹਿੰਦੇ ਆਹ ਪਰਮਤ ਫਿਰ ਤੋ ਬਹੁਤ ਜਨਮ ਬਿਲਾਨੇ ਇਹ ਜਿਹੜਾ ਮਨ ਨਾ ਕਈਆਂ ਜਨਮਾਂ ਚ ਭਟਕਿਆ ਫਿਰਦਾ ਪਰਮਤ ਫਿਰ ਤੋਂ ਬਹੁਤ ਜਨਮ ਬਿਲਾ ਨੇ ਤਨ ਮਨ ਤਾਂ ਨਹੀਂ ਧੀਰੇ ਲਾਲਚ ਵਿਖ ਕਾਮ ਲੁਭਤ ਰਾਤਾ ਮਨ ਬਿਸਰੇ ਪ੍ਰਭ ਹੀਰੇ ਬੇਕਫਲ ਮੀਠ ਲਗੇ ਮਨ ਬੋਰੇ ਇਸ ਮਨ ਨੂੰ ਜ਼ਹਿਰ ਦੇ ਫਲ ਮਿੱਠੇ ਲੱਗਦੇ ਆ ਚਾਰ ਵਿਚਾਰ ਨਾ ਜਾਣਿਆ ਇਹਨੂੰ ਚੰਗਚਾਰ ਦਾ ਮੀਨਿੰਗ ਇਥੇ ਗਿਣਤੀ ਵਾਚਕ ਚਾਰ ਨਹੀਂ ਹੈ ਇਥੇ ਚਾਰ ਮੀਨਿੰਗ ਨੇ ਸੁੰਦਰ ਜਿਵੇਂ ਗਾਵੇ ਕੋ ਗੁਣ ਵਡਿਆਈਆਂ ਚਾਰ ਜਪ ਬਾਣੀ ਚ ਆਪਾ ਪੜਿਆ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਉੱਥੇ ਲਿਖਿਆ ਗਾਵੇ ਕੋ ਗਾਉਂਦਾ ਹੈ ਕੋਈ ਗੁਣ ਵਡਿਆਈਆਂ ਚਾਰ ਉਹਦੀਆਂ ਸੁੰਦਰ-ਸੁੰਦਰ ਵਡਿਆਈਆਂ ਉੱਥੇ ਗਿਣਤੀਵਾਚਕ ਚਾਰ ਨਹੀਂ ਹੈ ਇੱਥੇ ਵੀ ਜਿਹੜਾ ਜਦੋਂ ਆਪਾਂ ਸ਼ਬਦ ਪੜ੍ਹਿਆ ਨਾ ਭਗਤ ਨਾਨਕ ਜੀ ਦਾ ਕਿ ਵਿਖਫਲ ਮੀਠ ਲੱਗੇ ਮਨ ਬੌਰੇ ਚਾਰ ਚਾਰ ਮੀਨਿੰਗ ਸੁੰਦਰ ਵਿਚਾਰ ਸੁੰਦਰ ਵਿਚਾਰ ਨਾ ਜਾਣਿਆ ਇਸ ਮਾਨੇ ਸੁੰਦਰ ਵਿਚਾਰ ਜਦੋਂ ਆਪਾਂ ਪੜ੍ਹਦੇ ਆ ਕਿ ਚਾਰ ਪਦਾਰਥ ਜੀ ਕੋ ਮੰਗੇ ਉੱਥੇ ਗਿਣਤੀ ਵਾਲਾ ਚਾਰ ਕਿ ਚਾਰ ਪਦਾਰਥ ਜੇ ਕੋ ਮੰਗੇ ਸਵਾਜ ਨਾਲ ਕੀ ਸੇਵਾ ਲੱਗੇ ਹੁਣ ਪੜਿਆ ਆਪਾਂ ਦੋਵਾਂ ਨਾਲ ਨੂੰ ਚਾਹੀਏ ਪਰ ਪ੍ਰਕਰਨ ਮੁਤਾਬਕ ਉਹਦੇ ਅਰਥ ਕਰਨੇ ਪੈਣਗੇ ਸਾਨੂੰ ਤੋ ਖੈਰ ਸਾachsen ਜਿਹੜੇ ਇਹ ਉਹਨਾਂ শ্রোਤਿਆਂ ਵਾਸਤੇ ਜਿਹੜੇ ਬਾਣੀ ਸਮਝ ਕੇ ਪੜਨ ਵਾਲੇ ਨੇ ਹੁਣ ਇੱਥੇ ਲਿਖਿਆ ਮਨ ਹਰ ਹਰ ਮੀਠਾ ਲਾਇਆ ਮਨ ਨੂੰ ਹਰੀ ਮੀਠਾ ਲੱਗਣ ਲੱਗ ਪਿਆ ਬੁਖਾਰ ਚੜਿਆ ਹੋਵੇ ਨਾ ਤੇ ਬੰਦੇ ਨੂੰ ਤੁਸੀਂ ਕੋਈ ਚੀਜ਼ ਖਾਣ ਲਈ ਦੇਵੋ ਉਹ ਕਹਿੰਦਾ ਨਾ ਬਕਬਕੀ ਆ ਚੀਜ਼ ਸਵਾਦ ਨਹੀਂ ਹੈ ਵਾਸਤ ਵਿੱਚ ਚੀਜ਼ ਸਵਾਦ ਹੈ ਬੰਦੇ ਨੂੰ ਟੈਂਪਰੇਚਰ ਹੈ ਬੰਦੇ ਨੂੰ ਬੁਖਾਰ ਚੜਿਆ ਹੈ ਹੁਣ ਜਦੋਂ ਕਿਲਵਿਕ ਸੀ ਮਾੜੀ ਸੋਚ ਸੀ ਹਰੀ ਮਿਠਾ ਨਹੀਂ ਸੀ ਲੱਗਦਾ ਉਦੋਂ ਤੇ ਬਖਫਲ ਮੀਠ ਲਗੇ ਮਨ ਬੌਰੇ ਮਨ ਬੌਰੇ ਨੂੰ ਬਖਫਲ ਮੀਠ ਲਗੇ ਮਨ ਬੌਰੇ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਵੱਡੀ ਅਨੁਪਾਂਤੀ ਜਨਮ ਮਰਨ ਫਿਰਤਾਨਿਆ ਜਨਮ ਮਰਨ ਦਾ ਤਾਣਾ ਤਣਿਆ ਗਿਆ ਬਖਫਲ ਸੰਚ ਭਰੇ ਮਨ ਐਸੇ ਪਰਮਪੁਰਖ ਪ੍ਰਭ ਮਨ ਵਿਸਰੇ ਉਹਨਾਂ ਤਾਂ ਵੀ ਜੁਗਤ ਜਾਣ ਨਹੀਂ ਰਿਦੇ ਨਿਵਾਸੀ ਜਲਤ ਜਾਲ ਜਾਂ ਫੰਦ ਪਰੇ ਸੀ ਹੁਣ ਇੱਥੇ ਕਹਤਾ ਬਖਫਲ ਮੀਠ ਲਗੇ ਮਨ ਬੌਰੇ ਚਾਰ ਵਿਚਾਰ ਨਾ ਜਾਣਿਆ ਇਹੋ ਗੱਲ ਹੀ ਭਗਤ ਕਬੀਰ ਜੀ ਨੇ ਕਹੀ ਸੀ ਜਦੋਂ ਆ ਪੜਨੇ ਕਾਲ ਪੂਤ ਕੀ ਹਸਤ ਨਹੀਂ ਮਨ ਬਉਰਾਰੇ ਚਲ ਤਰਚੇ ਉਹ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬਉਰਾਰੇ ਅੰਕਸ ਸਹਉ ਸੀਸ ਬਿਖੇ ਬਾਚ ਹਰ ਰਾਜ ਬਿਖ ਤੋ ਬਜਾ ਬਿਖੇ ਬਾਚ ਹਰ ਰਾਜ ਸਮਝ ਮਨ ਬਉਰਾਰੇ ਬਉਰੇ ਮਨ ਨੂੰ ਆਖਿਆ ਬਿਖ ਤੋ ਬਜਾ ਬਿਖ ਤੋ ਬਚੇਗਾ ਤੇ ਬਿਖ ਤੋ ਕੌਣ ਬਚਾਉ ਗੁਰੂ ਗੁਰੂ ਦੀ ਸਿੱਖਿਆ ਤਾਂ ਸ਼ਬਦ ਵਰਤਿਆ ਸਤਗੁਰ ਗੁਰਪੂਰਾ ਆਰਾਧੋ ਸਭ ਕਿਰਕ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਜਿਹਨੂੰ ਸਹਿਜ ਤੇ ਆਨੰਦ ਜ਼ਿੰਦਗੀ ਚ ਆ ਗਿਆ ਫਿਰ ਕੀ ਹੋਇਆ ਹੋਆ ਵੱਡ ਭਾਗੀ ਹੁਣ ਬੰਦਾ ਵੱਡਿਆਂ ਭਾਗਾ ਵਾਲਾ ਬਣ ਗਿਆ ਮਨ ਹਰ ਹਰ ਮਿੱਠਾ ਲਾਇਆ ਮਨ ਨੂੰ ਹਰੀ ਮਿੱਠਾ ਲੱਗਣ ਲੱਗ ਪਿਆ ਬੁਖਾਰ ਲਹਿ ਗਿਆ ਨਾ ਟੈਂਪਰੇਚਰ ਡਾਊਨ ਹੋ ਗਿਆ ਵਿਸ਼ਿਆਂ ਵਕਰਾਂ ਦਾ ਬੁਖਾਰ ਲਹਿ ਗਿਆ ਤੇ ਹਰੀ ਮਿੱਠਾ ਲੱਗਣ ਲੱਗ ਪਿਆ ਇਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਜਨ ਕਹੇ ਨਾਨਕ ਜਨ ਕਹੇ ਨਾਨਕ ਨਾਨਕ ਜਾਨੇ ਗੱਲ ਕਹਿੰਦਾ ਲਾਮ ਪਹਿਲੀ ਇਹ ਮੇਰੀ ਪਹਿਲੀ ਲਾਂ ਹੈ ਇਹ ਤੇ ਮੇਰੇ राजे ਪਹਿਲਾ ਪਹਿਲਾ ਫੇਰਾ ਹੀ ਆ ਭਾਈ ਇਹ ਤੇ ਮੇजे ਪਹਿਲੀ ਲਾਂ ਹੀ ਲੈਣ ਦਿਆਂ ਇਹ ਤੇ ਜੇ ਮੇਰੇ ਗੁਰੂ ਨੇ ਮੈਨੂੰ ਆ ਆ ਆ ਗੱਲਾਂ ਦਸੀਆਂ ਤੇ ਮੇਰੀ ਪਹਿਲੀ ਲਾਂ ਹੈ ਪਹਿਲਾ ਹੀ ਆ ਜਦ ਤੇ ਫੇਰਾ ਮੇਰਾ ਜਵੇਂ ਲੜਕੀ ਪਹਿਲਾ ਫੇਰਾ ਪਾ ਕੇ ਆਉਂਦੀ ਨਾ ਸਹੁਰੇ ਘਰ ਜਦੋਂ ਜਾਂਦੀ ਆ ਉਹ ਪਹਿਲਾ ਫੇਰਾ ਪਾ ਕੇ ਆਉਂਦੀ ਹੈ ਤੇ ਆਪਾਂ ਕਹਿੰਦੇ ਹੁਣ ਇਹਨੇ ਪੱਕੀ ਆਪਣੇ ਸਹੁਰੇ ਪਰਿਵਾਰ ਚਲੀ ਜਾਣਾ ਇਥੇ ਹੁਣ ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜਰ ਚਾਇਆ ਇਹ ਤਾਂ ਜੇ ਆਰੰਭ ਹੀ ਹੋਇਆ ਹੈ ਇਹਦੇ ਜ਼ਿੰਦਗੀ ਜੇ ਆਰੰਭ ਹੋਈ ਹੈ ਭਾਵ ਇਥੇ ਮੁੱਢ ਬੱਜਾ ਹੈ ਉਸ ਪ੍ਰਭੂ ਪ੍ਰਤੀ ਦੇ ਨਾਲ ਇਸ ਜੀਵ ਸਥਿਤੀ ਦੇ ਵਿਆਹ ਦਾ ਮੁੱਢ ਬੱਜਾ ਹੈ ਪਹਿਲੀ ਲਾਹ ਹੋਈ ਹੈ ਇਥੇ ਜੇ ਸ਼ੁਰੂਆਤ ਹੋਈ ਹੈ ਪ੍ਰਵਿਰਤੀ ਕਰਮ ਵਾਲੀ ਤਾਂ ਕਿੰਨੇ ਹੁਣ ਦੱਸਿਓ ਜਿੰਨੇ ਕਿ ਤੁਸੀਂ ਅਰਥ ਸੁਣੇ ਸਾਹ ਸਕ ਜੀ ਇਹ ਕੱਲਾ ਲੜਕੇ ਲੜਕੀ ਨਾਲ ਹੀ ਸੰਬੰਧ ਰੱਖਦਾ ਭਲਾ ਇਹ ਜਿਹੜਾ ਸਤਗੁਰੂ ਗੁਰੂ ਪੂਰਾ ਰaddo ਸਭ ਕੇ ਲਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਰਡ ਭਾਗੀਮਨ ਹਰ ਹਰ ਮਿੱਠਾ ਲਾਇਆ ਇਹ ਹਰੀ ਦਾ ਨਾਮ ਮਿੱਠਾ ਲੜਕੇ ਦੀ ਮਾਂ ਨੂੰ ਲੱਗਦਾ ਉਹਦੀ ਲਾਂ ਹੋਈ ਪਈਲੀ ਲੜਕੇ ਦੇ ਪਿਤਾ ਨੂੰ ਗੁਰੂ ਦੀਆਂ ਵਿਚਾਰਾਂ ਚੰਗੀਆਂ ਲੱਗਦੀਆਂ ਜਿਹਦਾ ਲੱਗਦੀਆਂ ਫੇਰ ਤਾਂ ਲਾਂ ਹੋਈ ਉਹਨਾਂ ਦੀ ਸਹੁਰੇ ਨੂੰ ਸੱਸ ਨੂੰ ਦਾਦਾਏ ਨੂੰ ਦਾਦੀ ਨੂੰ ਜਿੰਨੇ ਬਰਾਤੀ ਨੇ ਜਿੰਨੇ ਉੱਥੇ ਬੈਠੇ ਨੇ ਫੁੱਫੜ ਹੈ ਰ ਫੁੱਲ ਫੁੱਲ ਉੱਥੇ ਅੱਗੇ ਗਾਂ ਹੋ ਕੇ ਵਿੱਚੋਲਾ ਬੈਂਦਾ ਜਾ ਲੜਕੇ ਦਾ ਭਾਈ ਆ ਜਿੰਨੇ ਵੀ ਬੈਠੇ ਨੇ ਕੀ ਸੱਚੀ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਦੀ ਵਿਚਾਰ ਬੜੀ ਮਿੱਠੀ ਲੱਗਦੀ ਹੈ ਜੇ ਤੇ ਮਿੱਠੀ ਲੱਗਦੀ ਹੈ ਪ੍ਰਵਿਰਤੀ ਕਰਮ ਦ੍ਰੜ ਕਰ ਲਿਆ ਉਹਨਾਂ ਨੇ ਤੇ ਫੇਰ ਤੇ ਪਹਿਲੀ ਲਾ ਉਹਨਾਂ ਦੀ ਹੋਈ ਆ ਤੇ ਜੇ ਨਹੀਂ ਮਹਾਰਾਜ ਕਹਿੰਦੇ ਉਹ ਭਾਈ ਭਾਵੇਂ ਤੂੰ ਪੋਤਰਿਆਂ ਵਾਲਾ ਬਣ ਗਿਆ ਦੋਤੇ ਵਾਲੀਆਂ ਬਣ ਗਿਆ ਸਰੀਰ ਦੀਆਂ ਲਾਵਾਂ ਤੇ ਹੋਈਆਂ ਹੋਣਗੀਆਂ ਪਰ ਜੇ ਤੁਹਾਡੇ ਮਨ ਨੇ ਉਸ ਵੈਗਰੂ ਨਾਲ ਲਾਵਾਂ ਨਹੀਂ ਲਈਆਂ ਸਰੀਰਕ ਤੌਰ ਤੇ ਤੁਸੀਂ ਵਿਆਹੇ ਗਏ ਸਰੀਰਕ ਤੌਰ ਤੇ ਤੁਸੀਂ ਪਤੀ ਪਤਨੀ ਬਣ ਗਏ ਪੁੱਤਰਿਆਂ ਵਾਲੇ ਬਣ ਗਏ ਦੋਤਿਆਂ ਵਾਲੇ ਬਣ ਗਏ ਪਰ ਬਾਣੀ ਦਾ ਵਾਕ ਹੈ ਤਨ ਫਿਰ ਇਹ ਨਾਖੀਆਂ ਬੈਣ ਇਕੱਠੇ ਹੋਏ ਏਕ ਜੋਤ ਵਿਚਾਰਤਾ ਰਾ ਇੱਕ ਦੋਈ ਮੂਰਤੀ ਤਾਨ ਫਿਰ ਕਈਆਂ ਸੋਏ ਹੁਣ ਏਕ ਜੋਤ ਦੋਈ ਮੂਰਤੀ ਦਾ ਅਰਥ ਕਿਲਾ ਇਹ ਵੀ ਨਾ ਸਮਝ ਲਓ ਕਿ ਪਤੀ ਪਤਨੀ ਦੇ ਵਿਚਾਰ ਇੱਕ ਹੋਣ ਤੇ ਪਤੀ ਪਤਨੀ ਹੈ ਵਿਚਾਰ ਗਲਤ ਵੀ ਹੋ ਸਕਦੇ ਹਨ ਪਤੀ ਬੇਈਮਾਨੀ ਕਰਦਾ ਹੋ ਤੇ ਔਰਤ ਕਹੇ ਮੈਂ ਤੇਰੇ ਨਾਲ ਸਹਿਮਤ ਆ ਜੀ ਹੁਣ ਬਹੁਤੇ ਜਿਹੜੇ ਜੂਆ ਖੇਡਦੇ ਕਈ ਵਾਰੀ ਪਤਨੀਆਂ ਸਹਿਮਤ ਹੁੰਦੀਆਂ ਨਾਲ ਉਹ ਜਦੋਂ ਹਾਰ ਹੁੰਦਾ ਉਦੋਂ ਹੀ ਨਹੀਂ ਸਹਿਮਤ ਹੁੰਦੀਆਂ ਕਈ ਵਰੀ ਰਿਸ਼ਵਤਾਂ ਲੈਣ ਵਾਲੇ ਜਿਹੜੇ ਬੰਦੇ ਉਹਨਾਂ ਦੀਆਂ ਪਤਨੀਆਂ ਸਹਿਮਤ ਹੁੰਦੀਆਂ ਨੇ بڑے بڑے ਮੰਤਰੀਆਂ ਦੇ ਬਾਰੇ ਗੱਲਾਂ ਮਸ਼ਹੂਰ ਨੇ ਕਿ ਜਦੋਂ ਉਹਨਾਂ ਨੇ ਕੰਮ ਕਰਨੇ ਸੀ ਤੇ ਸੂਟਕੇਸ ਵਾਈਫ ਹੀ ਫੜਦੀ ਸੀ ਉਹਦੀ ਤੋ ਇਹ ਐਸਾ ਨਹੀਂ ਤੁਸੀਂ ਇੱਥੇ ਇੱਥੇ ਗੱਲ ਹੈ ਚੰਗੀ ਵਿਚਾਰਤਾਰਾ ਜਿੱਥੇ ਪਤੀ ਪਤਨੀ ਉਹ ਵਿਚਾਰਤਾਰਾ ਏਕ ਜੋਤ ਕਿਹੜੀ ਉਹ ਵਿਚਾਰਤਾਰਾ ਜਿਹੜੀ ਗੁਰੂ ਦੀ ਵਿਚਾਰਤਾਰਾ ਸੱਚ ਦੀ ਵਿਚਾਰਤਾਰਾ ਉੱਥੇ ਦੋਹਾਂ ਦੀ ਵਿਚਾਰਤਾਰਾ ਇੱਕ ਹੋ ਜਾਏ ਸਰੀਰ ਪੱਧਰੋਂ ਬਾਹਰੋਂ ਵੇਖਣ ਨੂੰ ਦੋ ਹੋਣ ਵਾਸਤਵ ਚ ਉਹ ਪਤੀ ਪਤਨੀ ਨੇ ਤਨ ਪਰ ਇਹਨਾਂ ਅੱਖੀਆਂ ਮਨ ਇਕੱਠੇ ਹੋਏ ਇੱਕ ਜੋਤ ਵਿਚਾਰਤਰਾ ਇੱਕ ਕਿਹੜੀ ਵਿਚਾਰਤਰਾ ਗੁਰੂ ਵਾਲੀ ਵਿਚਾਰਤਰਾ ਸੱਚ ਦੀ ਵਿਚਾਰਤਰਾ ਤਨ ਪਰ ਕਈ ਐ ਸੋਏ ਤੇ ਇਹ ਪਹਿਲੀ ਪਹਿਲੀ ਲਾਂ ਹੈ ਆਰੰਭ ਕਾਜ ਰਚਾਇ ਇਹ ਤੇ ਰੰਭ ਹੀ ਹੈ ਜੇ ਪਾਤਸ਼ਾਹ ਜੀ ਕਹਿੰਦੇ ਨੇ ਹਰਨਾਮ ਸਿਮਰਤੋਂ ਹੀ ਉਸ ਪ੍ਰਭੂ ਪਰਮਾਤਮਾ ਦੇ ਨਾਲ ਇਸ ਜੀਵ ਸਤਰੀ ਦੀ ਜਿਹੜੀ ਪਹਿਲੀ ਲਾਂ ਦਾ ਮੁੱਢ ਬੱਜਾ ਆਰੰਭ ਕਾਜ ਰਚਾਇਆ ਇਹ ਪਹਿਲੀ ਲਾਂ ਹੋਈ ਹੈ ਤੇ ਪਾਤਸ਼ਾਹ ਜੀ ਨੇ ਬਹੁਤ ਪਿਆਰੇ ਤਰੀਕੇ ਨਾਲ ਇਸ ਸ਼ਬਦ ਵਿੱਚ ਗੱਲ ਸਮਝਾਈਏ ਹਾਰ ਵੈਲੜੀ ਲਾਉਂ ਪ੍ਰਵ੍ਰਤੀ ਕਰਮ ਦ੍ਰਿੜ ਆ ਬਰਾਮ ਜੂ ਮੇਰੇ ਗੁਰੂ ਨੇ ਮੈਨੂੰ ਪ੍ਰਵ੍ਰਤੀ ਕਰਮ ਦ੍ਰਿੜ ਕਰਾ ਦਿੱਤਾ ਹੈ ਇਹੋ ਹੀ ਮੇਰੀ ਉਹ ਸੱਚੇ ਵੈਗਰੂ ਨਾਲ ਲਾਵਾ ਤੇ ਸੱਚ ਜਾਣੇ ਸਾਧ ਸੰਗਤ ਜੇ ਇੱਕ ਦੁਨਿਆਵੀ ਜੀਵ ਉਸ ਸੱਚ ਪ੍ਰਮਾਤਮਾ ਦੇ ਨਾਲ ਇਹ ਗੁਣਾਂ ਦੀ ਸਾਂਝ ਪਾ ਲਵੇ ਦੁਨਿਆਵੀ ਤੌਰ ਤੇ ਸਫਲ ਜੀਵਨ ਆਪਣਿਆ ਬਣ ਜਾਣਾ ਹੈ ਭਾਵੇਂ ਔਰਤ ਹੈ ਤੇ ਭਾਵੇਂ ਮਰਦ ਹੈ ਜ਼ਿੰਦਗੀ ਵਧੀਆ ਬਣ ਜੂ ਜੇ ਅਸੀਂ ਕੁਚਾ ਜਪਣਾ ਕੱਢ ਕੇ ਸੁਚਾਜ ਲਿਆ ਕੇ ਗੁਣ ਤਾਰਨ ਕਰਕੇ ਇਦਾਂ ਲਾਵਾ ਕਰੀਏ ਸੱਚ ਹੈ ਫਿਰ ਸਾਡੀ ਜ਼ਿੰਦਗੀ ਚੋਂ ਸਾੜਿਆਂ ਪਰਿਵਾਰਾਂ ਚੋਂ ਡਿਵੋਰਸ ਵਾਲੀ ਗਿਣਤੀ ਘਟ ਜਾਏਗੀ ਤਲਾਕ ਵਾਲੀ ਗਿਣਤੀ ਘਟੇਗੀ ਫਿਰ ਅਸੀਂ ਬੜੇ ਪਿਆਰ ਨਾਲ ਐਦਾਂ ਫਿਰ ਅਸੀਂ ਆਪਣੇ ਆਪ ਨੂੰ ਜਿਹੜਾ ਆਪਾਂ ਪਿਛੇ ਪੜ ਆਏ ਆ ਵੀ ਮੰਜ ਕੁਚੱਜੀ ਅਮਾਵੰਡੋਸੜੇ ਮੰਜ ਕੁਚੱਜੀ ਅਮਾਵੰਡੋਸੜੇ ਹਉ ਕਿਉਂ ਸੇ ਸ਼ਹਿਰ ਆਉਣ ਜਾਉ ਜੀਓ ਵੀ ਮੈਂ ਕੁਚੱਜੀ ਆ ਆਪਣੇ ਆਪ ਸਮਝ ਆ ਜਾਣਾ ਫਿਰ ਤੇ ਸਵੀਕਾਰ ਕਰਨਾ ਪਰਵਾਰਾਂ ਚ ਲੜਾਈ ਕਾਦੀ ਹੈ ਮੈਂ ਸਹੀ ਆ ਤੂੰ ਗਲਤ ਹੈ ਔਰਤ ਕਹਿੰਦੀ ਮੈਂ ਸਹੀ ਆ ਮਰਦ ਕਹਿੰਦਾ ਮੈਂ ਸਹੀ ਆ ਲੜਾਈ ਹੈ ਦੋਵਾਂ ਚ ਫਿਰ ਤੇ ਫਿਰ ਜਦੋਂ ਬਾਣੀ ਸਮਝ ਆਉਂਦੀ ਹੈ ਫਿਰ ਇਦਾਂ ਬਣ ਕਹਿੰਦਾ ਸਭ ਰੜੀ ਬਾਤ ਸਭ ਕੇ ਸਾਂਜੀ ਪੇਵ ਕਹਿੰਦਾ ਤਨ ਵਖੇ ਆਪ ਕੁਛ ਜੀ ਬਾਣੀ ਨੇ ਇਹ ਸਿਕਾਉਣਾ ਤੂੰ ਕੁਛ ਜੀ ਆ ਸਵੀਕਾਰ ਕਰ ਲਾ ਭਾਵੇਂ ਮਰਦੇ ਤੇ ਭਾਵੇਂ ਹੁਣ ਜੇ ਦੋਵੇਂ ਪਤੀ ਪਤਨੀ ਬਾਣੀ ਪੜਦੇ ਹੋਣ ਬਾਣੀ ਸਮਝਦੇ ਹੋਣ ਉਹਨਾਂ ਦੋਵਾਂ ਨੇ ਸਵੀਕਾਰ ਕਰ ਲਿਆ ਵੀ ਮੇਰੀ ਗਲਤੀ ਹੈ ਮੇਰੀ ਗਲਤੀ ਹੈ ਮੈਂ ਸੌਰੀ ਕਹੀ ਨਾ ਕਾਦੀ ਲੜਾਈ ਕਿਸੇ ਪੰਡਤ ਕੋ ਜਾਣਾ ਪੈਣਾ ਆਪ ਕੁਛ ਜੀ ਦੋਸ਼ ਨਾ ਦੇਉ ਜਾਣਾ ਨਾ ਹੀ ਰੱਖੇ ਮੇਰੇ ਸਹਿਬਾ ਹਾਂ ਮੈਂ ਆਪੇ ਪਰਮਪੁਲਾਣੀ ਅੱਖਰ ਲਿਖੇ ਸਹੀ ਗਾਵਾ ਮੈਂ ਕੀ ਕਰਾਂ ਜੋ ਮੈਂ ਅੱਖਰ ਇਥੇ ਲੇ ਕੇ ਲਿਆਈਆਂ ਨਾ ਪੇਕਿਆਂ ਤੋਂ ਸਹੀ ਗਾਵਾ ਵਰ ਨਾ ਜਾਣਾ ਬਾਣੀ ਹੋਰ ਮੈਨੂੰ ਆਉਂਦਾ ਹੀ ਨਹੀਂ ਕੁਝ ਤੇ ਜੇ ਉਸ ਜੀਵ ਇਸਤਰੀ ਨੇ دنیਵੀ ਤੌਰ ਤੇ ਇਹ ਗੁਣ ਧਾਰਨ ਕਰ ਲੇ ਰੱਬ ਰੂਪੀ ਕੰਤ ਵੀ ਪਾ ਲੈਣਾ ਉਹਨੇ ਤੇ ਸੰਸਾਰ ਤੇ ਸਫਲ ਪਤਨੀ ਤੇ ਸਫਲ ਪਤਨੀ ਵੀ ਬਣ ਜਾਣਾ ਪਰਿਵਾਰ ਵਧੀਆ ਬਣ ਜਾਣਗੇ ਹੁਣ ਐਡੀਆਂ ਸੋਹਣੀਆਂ ਵਿਚਾਰਾ ਹੋਣ ਦੇ ਬਾਵਜੂਦ ਸਾਨੂੰ ਕਿਸੇ ਪੰਡਤ ਜੋਤਿਸ਼ੀ ਪਾੰਦੇ ਸਿਆਣੇ ਬਾਬਿਆਂ ਕੋਲ ਜਾਣ ਦੀ ਲੋੜ ਹੈ ਭਲਾ ਸਾਡੇ ਲੋਕ ਨਾ ਗ੍ਰਸਤੀ ਪਰਿਵਾਰਾਂ ਵਾਲੇ ਬਾਬਿਆਂ ਨੂੰ ਜਾ ਕੇ ਪੁੱਛ ਬਾਬਾ ਜੀ ਨੋ ਬੜੀ ਨਹੀਂ ਆਖੇ ਲੱਗਦੀ ਪੁੱਤ ਨਹੀਂ ਆਖੇ ਲੱਗਦਾ ਤੇ ਲਾਗਿਓ ਚੇਲੇ ਹੱਸਦੇ ਵੀ ਜੇ ਪੁੱਤ ਆਖੇ ਲਾਉਣ ਯੋਗਾ ਹੁੰਦਾ ਤੇ ਬਾਬਾ ਸਾਡਾ ਛੜਾ ਹੀ ਰਹਿੰਦਾ ਇਹ ਵਿਆਹ ਨਾ ਕਰਾਉਂਦਾ ਸਾਡੇ ਉਹਨਾਂ ਕੋਲ ਜਾ ਕੇ ਆਸ਼ੀਰਵਾਦ ਲੈਣ ਵਾਸਤੇ ਜਾਂਦੇ ਆਓ ਗੁਰੂ ਕੋਲ ਆਓ ਗੁਰੂ ਸਿਖਾਏਗਾ ਕਾਹੇ ਪੁੱਤ ਚਗਰਤ ਹੋ ਸੰਗ ਬਾਪ ਜਿਨਕੇ ਜਣੇ ਬੜੀਰੇ ਤੁਮ ਹੋ ਤਿੰਨ ਸਿਉ ਚਗਰਤ ਪਾਪ ਗੁਰੂ ਜੀ ਦਸਣਗੇ ਜਿਸ ਤਨ ਕਾ ਤਮੂ ਗਰਭ ਕਰਤ ਹੋ ਸੋ ਤਨ ਕਿਸੇ ਨਾ ਆਪ ਇਹ ਗੁਰੂ ਜੀ ਨੇ ਸਿਖਾਇਆ ਦੇ ਨਹੀਂ ਤੋ ਆਓ ਗੁਰੂ ਦੇ ਪਿਆਰੇ ਉਪਦੇਸ਼ ਜ਼ਿੰਦਗੀ ਚ ਲੈ ਕੇ ਆਈਏ ਪਹਿਲੀ ਲਾਂ ਦੇ ਅਰਥ ਸਾਨੂੰ ਸਮਝਾਈ ਗਏ ਹੋਣਗੇ ਪ੍ਰਵਿਰਤੀ ਕਰਮ ਭਾਵ ਪਰਮੇਸ਼ਰ ਦੇ ਨਾਮ ਵਾਲਾ ਕਰਮ ਸਿਵ ਸਲਾਹ ਵਾਲਾ ਕਰਮ ਮੈਂ ਦ੍ਰਿੜ ਕਰ ਰਿਹਾ ਤੇ ਕਿਰਾਇਆ ਮੇਰੇ ਗੁਰੂ ਨੇ ਆ ਇਹ ਜੀਵ ਇਸਤਰੀ ਦੀ ਪਹਿਲੀ ਲਾਂ ਹੈ ਤੇ ਲਾਂ ਦੇ ਅਰਥ ਆਪਾਂ ਸਮਝ ਲਏ ਨੇ ਕਿ ਜਦੋਂ ਲੜਕੀ ਪੇਕੇ ਘਰੋਂ ਸਹੁਰੇ ਘਰ ਵੱਲੋਂ ਵਾਦੀ ਹੈ ਇਧਰੋਂ ਲਿੰਕ ਟੁੱਟਦਾ ਤੇ ਉਧਰ ਲਿੰਕ ਬਣਦਾ ਹੁਣ ਐਸਾ ਨਹੀਂ ਵੀ ਲਿੰਕ ਉਹਦਾ ਪੱਕੇ ਟੁੱਟ ਜਾਂਦਾ ਪਰ ਜਿੰਨਾ ਨਾ ਤਾਂ ਹੁਣ ਪਹਿਲਾਂ ਸੀ ਪੇਕੇ ਘਰ ਨਾਲ ਹੁਣ ਥੋੜਾ ਹੋਣਾ ਅੱਗੇ ਚੀਜ਼ ਖਰੀਦੀ ਸੀ ਤੇ ਪੇਕੇ ਹੀ ਪਤਾ ਸੀ ਵੀ ਪੇਕੇ ਲੈ ਕੇ ਜਾਣੀ ਹੈ ਹੁਣ ਪਤਾ ਜਦ ਹੁਣ ਜਦੋਂ ਸਹੁਰੇ ਜਦੋਂ ਵਿਆਹ ਹੀ ਜਾਂਦੀ ਲੜਕੀ ਜਦੋਂ ਸਹੁਰੇ ਬਾਜ਼ਾਰ ਚੋਂ ਕੋਈ ਚੀਜ਼ ਖਰੀਦੀ ਹੈ ਹੁਣ ਵੀ ਧਿਆਨ ਹੁੰਦਾ ਵੀ ਪੇਕੇ ਲੈ ਕੇ ਜਾਣੀ ਉਹ ਕਿਤੇ ਹੁਣ ਉਹ ਭਰਾ ਦਾ ਪਰਜਾਈ ਦਾ ਕਰ ਰਿਹਾ ਹੁਣ ਤੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੀ ਕਿਉਂਕਿ ਹੁਣ ਲਾਂ ਉਧਰ ਹੋ ਗਈ ਹੈ ਨਾ ਉਸ ਬੰਨੇ ਤੋਂ ਰੁਪਈਏ ਤੇ ਇਹ ਗੱਲ ਦੁਨਿਆਵੀ ਜੀਵ ਸਤਰੀ ਤੇ ਵੀ ਹੈ ਕਿ 헤 ਪਾਈ ਹੁਣ ਤੇਰੀ ਸੱਚ ਨਾਲ ਲਾਵਾਂ ਹੋਈਆਂ ਨੇ ਸੱਚ ਦਾ ਸੰਬੰਧ ਜੋੜ ਲਾ ਗੁਣਾ ਕਰਕੇ ਸਾਂਝ ਪੈ ਜਾਏਗੀ ਤੇ ਨਿਵਣ ਸੋਖ ਰਖਾਉਣ ਗੁਣ ਜੇਬਾ ਮਣੀਆਂ ਮੰਤ ਇਹ ਤਰੈ ਭੈਣੇ ਵੇਸ ਕਰਤਾ ਬਸ ਆਵੇ ਗੰਤ ਸਾਰਿਆਂ ਦਾ ਧੰਨਵਾਦ ਗੁਰੂ ਬਖਸ਼ਿਸ਼ ਕਰੇ ਇਦਾਂ ਆਪਾਂ ਇੱਕ ਇੱਕ ਕਰਕੇ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਕਰਦੇ ਜਾਣਾ ਪੜੋ ਸਮਝੋ ਵਿਚਾਰੋ 773 ਨੰਬਰ ਅੰਕ ਤੇ ਅੱਜ ਆਪਾਂ ਜਿਸ ਸ਼ੰਤ ਦਾ ਵਾਠ ਕੀਤਾ ਹੈ ਪਹਿਲੇ ਬੰਦ ਦੀ ਵਿਚਾਰ ਸਾਂਝੀ ਕੀਤੀ ਹੈ ਹਰ ਪੈੜੀ ਲਾਉ ਪ੍ਰਵਿਰਤੀ ਕਰਮ ਦਰ ਲਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਧਰਮ ਦਰੜੋ ਪਾਪਤ ਜਾਇ ਬਲਰਾਮ ਜੀ ਸਾਰਿਆਂ ਦਾ ਧੰਨਵਾਦ ਜੀ ਇਹਨੇ ਕਿ ਬਚਨ ਪ੍ਰਵਾਨ ਕਰਨੇ ادب ਸਤਿਕਾਰ ਨਾਲ ਫਤਿਹ ਬਲਾਉ ਬੜੇ ਪਿਆਰ ਨਾਲ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ